ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਪਹੁੰਚਿਆ ਪਿੰਡ ਭਲਵਾਨਕੇ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ। ਭਿੱਖੀਵਿੰਡ ਤੋਂ ਕੋਈ 4 ਕਿਲੋਮੀਟਰ ਦੀ ਦੂਰੀ ਆ ਪਿੰਡ ਭਲਵਾਨਕੇ ਦੀ। ਚੇਲੇ ਗੇਟ ਥਾਣੀ ਵੀ ਦੋਸਤੋ ਤੁਸੀਂ ਇਸ ਪਿੰਡ ਵਿਜ਼ਿਟ ਕਰ ਲਓਗੇ। ਅਤੇ ਵੀਰ ਸਰਮਨ ਦੇ ਘਰ ਪਹੁੰਚਿਆ ਦੋਸਤੋ, ਇਸ ਘਰੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ। ਪਸ਼ੂ ਆਉਂਦੇ ਆ ਵੱਡੀ ਗਿਣਤੀ ਦੇ ਵਿੱਚ, ਕੋਈ 6-7-8 ਨਗ ਜਿਹੜੇ ਆ ਹਰ ਰੋਜ਼ ਨਵੇਂ ਤੁਹਾਨੂੰ ਇਸ ਘਰੋਂ ਮਿਲਦੇ ਰਹਿੰਦੇ ਆ। ਪਿੱਛੇ ਜੇ ਵੀਡੀਓ ਪਾਈਆਂ ਨੇ, ਨੀਲੀ ਰਾਵੀ ਦੀਆਂ ਮੱਝਾਂ ਤੁਹਾਨੂੰ ਆਪਾਂ ਬੜੇ ਚੰਗੇ ਚੰਗੇ ਪੀਸ ਵਿਖਾਏ ਨੇ। ਅੱਜ 6 ਤੋਂ 7 ਨਗ ਜਿਹੜੀਆਂ ਮੱਝਾਂ ਦਿਖਾਉਣੀਆਂ, ਜਿਨ੍ਹਾਂ ਦੇ ਵਿੱਚੋਂ ਨੀਲੀ ਅਤੇ ਨੀਲੀ ਰਾਵੀ ਦੇ ਪਸ਼ੂ ਹੋਣਗੇ। ਕੁਝ ਕੁ ਕਰੋਸ ਅੰਗ ਦੇ ਵਿੱਚ ਜਿਹੜੀਆਂ ਮੱਝਾਂ, ਉਹ ਵੀ ਤੁਹਾਨੂੰ ਦਿਖਾ ਦਾਂਗੇ। ਪਸ਼ੂ ਸਾਰੇ ਸੂਏ ਸਵਾਏ ਆ, ਅਤੇ ਤਕਰੀਬਨ ਜਿਹੜਾ ਵੀ ਦੋਸਤੋ ਪਸ਼ੂ ਕਿਸੇ ਵੀਰ ਦੇ ਪਸੰਦ ਆਉਂਦਾ, ਖਰੀਦਦਾਰ ਵੀਰ ਦੇ, ਉਹਦਾ ਤੁਸੀਂ ਸੌਦਾ ਜਿਹੜਾ ਵਿਸ਼ੇਸ਼ ਤੌਰ 'ਤੇ ਕਰ ਸਕਦੇ ਜੇ। ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ। ਦਰਾਜਕੇ ਪਿੰਡ ਥੋੜ੍ਹੀ ਦੂਰੀ 'ਤੇ ਆ। ਸੋ ਬਾਕੀ ਤੁਸੀਂ ਮੈਪ 'ਤੇ ਲੋਕੇਸ਼ਨ ਲਾ ਕੇ ਵੀ ਇਸ ਪਿੰਡ ਜਿਹੜੀ ਵਿਜ਼ਿਟ ਕਰ ਸਕਦੇ ਜੇ। ਅੱਜ 11 ਫਰਵਰੀ ਹੈ ਦੋਸਤੋ, ਤਰੀਕ ਤੁਸੀਂ ਨੋਟ ਕਰ ਲਓ, ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ। ਬਾਕੀ ਆਓ ਪੁੱਛਦੇ ਹਾਂ ਕੀ ਡਿਟੇਲ ਅੱਜ ਇਹਨਾਂ ਪਸ਼ੂਆਂ ਦੀ ਹੈਗੀ ਆ, ਕਿੰਨੇ ਕਿੰਨੇ ਦਿਨਾਂ ਦੇ ਪਸ਼ੂ ਸੋਏ ਆ। ਬਾਕੀ ਇੱਕ ਸਾਰੇ ਭੈਣ ਭਰਾਵਾਂ ਨੂੰ ਆਪਣੇ ਵੱਲੋਂ ਵੀ ਜਿਹੜੀ ਦੋਸਤੋ ਰਿਕੁਐਸਟ ਆ, ਬੇਨਤੀ ਆ ਸਟਾਰਟਿੰਗ ਤੋਂ, ਵੀ ਜਿਹੜਾ ਵੀ ਕੋਈ ਵੀਰ ਪਸ਼ੂ ਜਿਹੜਾ ਵੀ ਪਸੰਦ ਆਉਂਦਾ ਤੁਹਾਡੇ, ਉਹਦੀ 2 ਡੰਗ ਚੋਲੋ, 3 ਟਾਈਮ ਚੋ ਕੇ ਤਸੱਲੀ ਤੁਸੀਂ ਕਰਨੀ ਆ। ਜੇਕਰ ਕੋਈ ਵੀਰ ਗਬਨ ਪਸ਼ੂ ਲੈ ਕੇ ਜਾਂਦਾ ਤਾਂ ਬਿਲਕੁਲ 4 ਥਣਾਂ ਦਾ ਤਿਪ ਕੇ ਤਸੱਲੀ ਕਰਨਾ ਤੁਹਾਡਾ ਫਰਜ਼ ਬਣਦਾ, ਕਿਉਂਕਿ ਪੈਸੇ ਲਾਉਣੇ ਆ ਕਿਸੇ ਵੀਰ ਨੇ। ਅਤੇ ਤਸੱਲੀ ਆਪਣੀ ਪਹਿਲ ਦੇ ਆਧਾਰ 'ਤੇ ਕਰ ਲਿਆ ਕਰੋ, ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਕਿਸੇ ਵੀ ਰਕਮ ਦਾ ਕਿਸੇ ਵੀਰ ਨੂੰ ਉਲਾਂਭਾ ਨਾ ਦਿੱਤਾ ਜਾਵੇ। ਆਓ ਕਰਦੇ ਹਾਂ ਸ਼ੁਰੂਆਤ। ਸਭ ਤੋਂ ਪਹਿਲਾਂ ਵੀਰ ਸਰਮਨ ਸਿੰਘ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਈ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹੋਰ ਵੀਰ ਸਰਮਨ ਸਿੰਘ, ਠੀਕ ਠਾਕ? ਹਾਂਜੀ ਵੀਰ ਜੀ, ਬਹੁਤ ਵਧੀਆ, ਸਭ ਚੜ੍ਹਦੀ ਕਲਾ ਮਹਾਰਾਜ। ਠੀਕ ਠਾਕ ਹੈ ਜੀ। ਅੱਛਾ ਤੇ ਵੀਰ ਸਰਮਨ, ਕਿੱਦਾਂ ਮਾਲ ਵੇਖ ਬੁੱਕ ਜਾਂਦਾ ਰਿਹਾ ਆਪਾਂ? ਹਾਂਜੀ ਮਹਾਰਾਜ ਕਿਰਪਾ, ਹਾਂਜੀ ਸਭ ਵੇਖ ਜਾਂਦੇ ਪਸ਼ੂ ਜੀ। ਠੀਕ ਹੈ ਜੀ, ਠੀਕ ਹੈ। ਤੇ ਅੱਜ ਆਪਣੇ ਕੋਲ ਵੀ 6-7 ਪਸ਼ੂ ਹੈਗੇ ਆ ਜੀ? ਹਾਂਜੀ 6 ਮੱਝਾਂ ਹੈਗੀਆਂ। ਤੇ ਮੱਝਾਂ ਸਾਰੀਆਂ ਸੂਈਆਂ ਜੀ? ਸੂਈਆਂ ਜੀ, ਸੂਈਆਂ। ਲਓ ਜੀ, ਸੋ ਸ਼ੁਰੂਆਤ ਆਪਾਂ ਕਰ ਲੈਂਦੇ ਵੀ ਨੀਲੀ ਰਾਵੀ ਦਾ, ਵੀ ਤੁਹਾਡਾ ਕਾਫੀ ਪ੍ਰੇਮ ਆ ਵੀ ਨੀਲੀ ਰਾਵੀ ਦੀਆਂ 2-3 ਮੱਝਾਂ ਜਿਹੜੀਆਂ ਆਪਾਂ ਹਰ ਟੂਰ 'ਚ ਹੁੰਦੀਆਂ ਆਪਣੇ ਕੋਲ। ਹਾਂਜੀ ਹਾਂਜੀ, ਠੀਕ ਆ। ਤੇ ਅੱਜ ਵੀਰ ਸਰਵਣ, 3 ਮੱਝਾਂ ਤਾਂ ਆਪਣੇ ਕੋਲ ਨੀਲੀ ਦੀਆਂ, ਬਾਕੀ ਕੋਈ ਮੋਹਰਾਂ ਮਾਰਾਂ ਦੀਆਂ? ਹਾਂਜੀ 3 ਮੋਹਰਾਂ 'ਚ ਹੀ ਆਉਂਦੀਆਂ। ਅੱਛਾ ਜੀ, ਹਾਂਜੀ ਬਹੁਤ ਚੰਗੀਆਂ ਮੱਝਾਂ ਵੀ। ਠੀਕ ਹੈ ਵੀਰ, ਠੀਕ ਆ। ਹਾਂਜੀ ਲਓ ਸ਼ੁਰੂਆਤ ਕਰਦੇ ਹਾਂ ਵੀਰ ਸਰਵਣ, ਪਹਿਲੇ ਨੰਬਰ ਤੋਂ ਇਹ ਝੋਟੀ ਤੋਂ। ਇਹ ਅੱਖ ਨੂੰ ਭਾਵੇਂ ਵੀਰ ਜੀ ਇਹਨੂੰ ਦੂਜੇ ਸੂਗੇ ਹੀ ਕਹੀ ਜਾਈਏ, ਸਮਝੋ ਵੀ ਆਪਣੇ ਘਰ ਦੀ ਝੋਟੀ ਆ। ਅੱਛਾ ਜੀ। ਹਾਂਜੀ ਇਹ ਤੀਸਰਾ ਸੂਗਾ ਹੁਣ ਸੂਈ ਆ। ਠੀਕ ਹੈ ਜੀ। ਹਾਂਜੀ ਇਹਨੂੰ 10 ਕੁ ਦਿਨ ਹੋਵੇ ਸੂਈ ਨੂੰ, ਹੋ ਗਏ ਬੱਚਾ ਮਗਰ ਆ। ਠੀਕ ਹੈ ਜੀ। ਹਾਂਜੀ ਤੇ ਹੁਣ ਇਸ ਟਾਈਮ ਤੇ ਇਹਦੇ ਥੱਲੇ ਜੇ ਆਪਾਂ ਲੀਟਰ ਮਾਰੀਏ ਤੇ ਫਿਰ 17 ਲੀਟਰ ਮਾਲ ਕੇ ਦੇਵਾਂਗੇ, ਤੇ ਜੇ ਕੋਈ ਤੋਲੇ ਤੇ 13.5 ਲੀਟਰ ਦੁੱਧ, 13.25 ਤੋਲਿਆਂ ਆਊਗਾ ਟਾਈਮੋ ਟਾਈਮ, ਕੰਡੇ ਵਾਲਾ। ਤੇ ਬਾਕੀ ਇਹਦੇ ਥੱਲੇ ਮੈਂ 16 ਲੀਟਰ ਦੁੱਧ ਚੋਇਆ, ਜੇ ਕੋਈ ਵੀਰ ਸੌਦਾ ਵੀ ਕਰ ਜੇ ਤੇ ਬੇਸ਼ੱਕ ਹਫ਼ਤੇ ਤੱਕ ਇੰਨਾ ਹੀ ਦੁੱਧ ਅਸੀਂ ਤੋਲ ਕੇ ਦੇਵਾਂਗੇ। ਅੱਜ ਇਹਦੇ ਥੱਲੇ 13.5 ਤੋਲ ਦਾਂਗੇ। ਠੀਕ ਹੈ, ਟਾਈਮ ਤੋਂ ਟਾਈਮ। ਆ ਵੀ ਰਾਤੀ ਮੈਂ ਵੀਡੀਓ ਕਿਸੇ ਵੀਰ ਨੂੰ ਪਾਈ, ਉਸ ਤਰ੍ਹਾਂ ਵੀ ਮਤਲਬ ਮੋਬਾਈਲ 'ਤੇ ਵੀ। ਹਾਂਜੀ ਹਾਂਜੀ। ਤੇ 10 ਲੀਟਰ ਦੀ ਬਾਲਟੀ ਤੋਂ ਮੱਝ ਦੁੱਧ ਬਾਹਰ ਕੱਢਦੀ, ਵਿੱਚ ਵਾਪਸ ਮਾਂ ਵੀ 1 ਨੰਬਰ ਦਾ ਹੈ। ਠੀਕ ਹੈ ਜੀ। ਹਾਂਜੀ। ਅੱਛਾ ਵੀ ਸਰ, 10 ਕੁ ਦਿਨ ਦੱਸਦੇ ਆ? ਹਾਂਜੀ ਆਹ ਬੱਚਾ ਵੀ ਮਗਰ ਵਿਖਾਈ ਦਿਓ। ਆਹ ਜੀ ਆਹ ਛੋਟਾ। ਲਓ ਜੀ। ਹਾਂਜੀ ਆਵੇ। ਕੱਟਾ ਜੀ ਮਗਰ? ਕੱਟਾ ਹੈ, ਕੱਟਾ ਹੈ। ਲਓ ਜੀ ਮਗਰ ਕੱਟਾ, 10 ਕੁ ਦਿਨਾਂ ਦੀ ਸੂਈ ਆ। ਹਾਂਜੀ ਬਿਲਕੁਲ। ਲੀਟਰ ਵਾਲਾ ਜਿਹੜਾ ਦੋਸਤੋ, ਬੇਸ਼ੱਕ ਤੁਹਾਨੂੰ ਦੱਸਾਂ ਵੀਰ ਨੇ 15-16 ਲੀਟਰ ਹੀ ਹੋਵੇ, ਪਰ ਜਿਹੜਾ ਕੰਡੇ ਵਾਲਾ ਉਹ 13 ਕਿਲੋ, 13 ਤੋਂ ਪਲੱਸ ਆ। 13 ਤੋਂ ਪਲੱਸ। ਹਾਂਜੀ। ਬਾਕੀ ਮਹਾਂਦਰਾ ਜਿਹੜਾ ਦੋਸਤੋ, ਜਿਵੇਂ ਇੱਕ ਆਪਾਂ ਬਾਰਡਰ ਬੈਲਟ ਵਾਲੀ ਨਸਲ ਕਹਿ ਦਿੰਦੇ ਵੀ ਆਪਣੇ ਬਾਰਡਰ ਬਰੀਡ ਜਿਹੜੀ ਨੀਲੀ ਆ, ਅਤੇ ਪਾਕਿਸਤਾਨ ਦੇ ਵਿੱਚ ਵੀ ਆਪਾਂ ਕਾਫੀ ਮੱਝਾਂ ਇਹੋ ਜਿਹੀਆਂ ਦੇਖਦੇ ਹਾਂ, ਅਤੇ ਮੱਥਾ ਬੱਲਾ, ਬੱਗੀ ਨਾਸ, ਅਗਲੀਆਂ ਅਗਲੇ ਬੇਸ਼ੱਕ ਜਿਹੜੇ ਖੁਰ ਨਹੀਂ ਧੋਤੇ ਗਏ ਮਗਰਲੇ ਪੈਰ, ਅੱਖ ਬਿੱਲੀ ਮਨਕਣੀ ਅੱਖ। ਇਹ ਭਾਈ ਜਿਹੜੀਆਂ ਇਹ ਮੱਝਾਂ ਨਾ, ਇਹ ਆਪਾਂ ਗਵਾਲੀਆਂ, ਇਹ ਸਿਰਫ ਸਾਡੇ ਆੜੇ 10-20 ਪਿੰਡ ਆ ਨਾ, ਆ ਬਾਰਡਰ ਦੇ ਨਾਲ ਨਾਲ, ਹੁਣ ਜਿਵੇਂ ਅਸੀਂ ਬਿਲਕੁਲ ਬਾਰਡਰ ਤੇ ਆ, ਇਹ ਪਿਓਰ ਸਾਡੇ ਕੋਲ ਪਾਕਿਸਤਾਨੀ ਰਵੇਗਾ, ਇਹ ਆਪਣੇ ਪਿੰਡਾਂ 'ਚੋਂ ਤੁਹਾਨੂੰ ਇੱਥੋਂ ਮਿਲਣਗੀਆਂ। ਇਹ ਨਸਲ ਦੀਆਂ ਮੱਝਾਂ, ਤੁਸੀਂ ਇੱਧਰ ਚੱਲ ਜਾਓ ਦਰਿਆਓ ਪਾਰ ਚੱਲ ਜਾਓ, ਤੁਹਾਨੂੰ ਉਹ ਨਾ ਇੰਦਰੋਂ ਖੜ ਖੜ ਕੇ ਰੱਖੀਆਂ, ਜਿਵੇਂ ਆਪਾਂ ਰਿਹਾਣੇ ਦੀ ਲਿਆਉਣੇ ਆ ਕਿ ਨਹੀਂ, ਇਹ ਸਾਡੇ ਕੋਲ ਪਾਕਿਸਤਾਨੀ ਰਵਾ, ਇਹ
ਅਸੀਂ ਹਿਸਾਬ ਨਾਲ ਗਵਾ ਚੁੱਕੇ ਹਾਂ। ਬਸ ਬਸ ਇਹ ਹੁਣ ਕਾਲੀਆਂ ਦੇ ਚੱਕਰ ਦੇ ਵਿੱਚ ਬਈ ਕੇ ਤੇ ਇਹਨਾਂ ਮੱਝਾਂ ਦੀ ਸਾਰੀ ਨਹੀਂ ਪਈ ਪਹਿਲਾਂ ਲੋਕਾਂ ਬਸ ਬਸ ਤੇ ਬਾਕੀ ਹਰਿਆਣੇ ਰਿਹਾਣੇ ਵਾਲੀਆਂ ਨੇ ਇਹਨਾਂ ਮੱਝਾਂ ਦੀ ਕੋਈ ਰੀਸ ਨਹੀਂ ਕਰ ਸਕਦੇ। ਅੱਛਾ ਬਾਕੀ ਚੋਣ ਜਾਣਾ ਪੋਲੀ ਆ ਚੋਣ ਤੇ ਬਾਜੀ ਕੋਈ ਹਾਰ ਮੱਝ ਹੋਵੇ ਤੇ ਹਾਰ ਚ ਇੱਕ ਦੀ ਚਵਾਈ ਹੈ ਇਹਦੇ ਨਾਲ ਦੀ ਮੈਂ ਠੀਕ ਹੈ ਜੀ। ਹਾਂਜੀ ਬਹੁਤ ਚਵਾਪ ਸਮਾਂ ਵੀ ਠੰਡੀ ਧੀਰੀ ਵੀ ਪੂਰੀ ਆ। ਹਾਂਜੀ ਹਰ ਵਰਿਆਈ ਆ ਅੱਖ ਨੂੰ ਭਾਵੇਂ ਉਹਨਾਂ ਨੂੰ ਪਹਿਲੇ ਵੀ ਆਖ ਲਈਏ ਤੀਜੇ ਸੂਏ ਮੱਝ ਸੂਈ ਜੀ ਹੁਣ ਠੀਕ ਹੈ ਜੀ। ਹਾਂਜੀ ਪਹਿਲੇ ਸੂਏ ਢਾਈਆਂ ਪੌਣਿਆਂ ਤਿੰਨਾਂ ਸਾਲਾਂ ਦੀ ਸੂਪੀ ਲਓ ਜੀ ਖੋਲ ਕੇ ਤੋਰ ਦਈਏ। ਹਾਂਜੀ ਲਓ ਦੋਸਤੋ ਸੂਆ ਦੂਜਾ ਬੇਸ਼ੱਕ ਕੋਈ ਵੀਰ ਮੰਨ ਕੇ ਸੌਦਾ ਕਰ ਨਹੀਂ ਸੂਈ ਤੇ ਜਿਹੜੀ ਸਜਾਈ ਦੱਸਾਂਗੇ ਦੂਜਾ ਸੂਆ ਵੀ ਲੱਗਦਾ ਫਿਲਹਾਲ ਤੀਜਾ ਸੂਆ ਵੀਰਾਂ ਦਾ ਵੀ ਸੂਈ ਆ। ਹਾਂਜੀ ਤੇ ਦੁੱਧ ਵੀ ਤੁਹਾਨੂੰ ਦੱਸਦਾ ਕਲੀਅਰ ਜਿਹਾ ਦੱਸਦਾ ਵੀ ਇੰਨਾ ਕੁ ਦੁੱਧ ਜਿਹੜਾ ਹੁਣ ਮਿੰਤੀ ਵਾਲਾ ਹੈਗਾ ਕੰਡੇ ਵਾਲਾ ਤੇ ਬਾਕੀ ਚੋਣ ਵੀ ਪੋਲੀ ਆ ਬਹੁਤ ਜ਼ਿਆਦਾ ਤੇ ਜਿੱਦਾਂ ਮਰਜ਼ੀ ਕੋਈ ਵੀਰ ਆਣ ਕੇ ਆਪਦੀ ਤਸੱਲੀ ਕਰ ਸਕਦਾ ਵਿਖਾਲਾ ਵਖੂਲੇ ਤੋਂ ਪਤਾ ਲੱਗ ਜਾਂਦਾ ਪਸ਼ੂ ਦਾ ਵੀ ਕਿੰਨਾ ਕੁ ਮਿਲਕ ਵਾਲਾ ਹੈਗਾ। ਹਵਾਨੇ ਤਾਂ ਦੋਹੀ ਪਾਸੇ ਡੱਬ ਵੇਖੋ ਠੀਕ ਆ ਹਵਾਨੇ ਲੇਵੇ ਤੇ ਵੀ ਦੋਹਾਂ ਪਾਸੇ ਡੱਬ ਜਿਹੜੇ ਨਿਸ਼ਾਨ ਆਪਾਂ ਕਹਿ ਦਈਏ ਨਾ ਵੀ ਵਾਈਟ ਨਿਸ਼ਾਨ ਹੈਗੇ ਆ। ਅੱਛਾ ਠੀਕ ਹੈ ਜੀ ਕੀ ਡਿਮਾਂਡ ਕਰਦੇ ਆ ਭਾਜੀ ਦੀ ਵੇਖ ਲਓ ਭਾਜੀ ਜਿੰਨੇ ਦੀ ਕਹੋਗੇ ਉਨੇ ਦੇ ਦਿਆਂਗੇ। ਹਾਂ ਨਹੀਂ ਦੱਸੋ ਛੱਡੋ ਮੁੱਲ ਭਾਈ ਜਿੰਨਾ ਮਰਜ਼ੀ ਕਰੀ ਜਾਈਏ ਦੋ ਟਾਈਮ ਚੋ ਕੇ ਵੀਰ ਕੋਈ ਆਪਣੀ ਤਸੱਲੀ ਕਰਕੇ ਤਿੰਨ ਟਾਈਮ ਵੀ ਚੋ ਕੇ ਖੜੇ ਇਹ 1.25 ਦੀ ਮੈਂ ਦੇਵਾਂਗੇ ਸਵਾ ਦੀ। ਹਾਂਜੀ ਇਹ ਕੋਈ ਕੱਦ ਵੇਖ ਕੇ ਨਾ ਆਖੇ ਦੋਧੇ ਦਾ ਠੀਕ ਹੈ ਜੀ ਦੋਧੇ ਨੂੰ ਇੱਥੇ ਰਾਤ ਵੀਰ ਆਪਣੇ ਕੋਲੇ ਰਵੇ ਜੇ ਕਿਸੇ ਦੂਰੋਂ ਆਉਣਾ ਹੈ ਰਾਤ ਨੂੰ ਵੀ ਚੋਵੇ ਦਿਨੇ ਵੀ ਚੋਵੇ ਤਸੱਲੀ ਕਰਕੇ ਆਪਣੀ ਖੜੇ ਠੀਕ ਹੈ ਕਿਉਂ ਇਹ ਅੱਗੇ ਵੀ ਮੈਂ ਕਹਿੰਦਾ ਜੇ ਡੰਗਰਾਂ ਦੇ ਪੈਸੇ ਆ ਨਾ ਇਹ ਬੜੇ ਜ਼ਿਆਦਾ ਮੁਸ਼ਕਲ ਬਣਦੇ ਆ ਜੇ ਕਿਸੇ ਨੂੰ ਠੱਗੀ ਵੱਜ ਜੇ ਤੇ ਅਗਲਾ ਫਿਰ ਮਨ 'ਚ ਮਹਿਸੂਸ ਕਰਦਾ ਵੀ ਸਾਨੂੰ ਦੱਸਿਆ ਕੁਛ ਆ ਸਾਰਾ ਟਾਈਮ ਨਹੀਂ ਉੱਠਦਾ ਬੰਦਾ ਤੇ ਨਿਕਲਿਆ ਕੁਛ ਆ ਪਰ ਹੁਣ ਤੁਸੀਂ ਵੀ ਵੀਡੀਓ ਪਾਉਂਦੇ ਦੱਸੋ ਤੁਹਾਨੂੰ ਕੋਈ ਇੱਕ ਵੀ ਫੋਨ ਆਇਆ ਆਪਣਾ ਜਾਂ ਦੁੱਧ ਦਾ ਲਾਮਾ ਜੋ ਵੀ ਅਸੀਂ ਦੱਸਦੇ ਉਹੀ ਨਿਕਲੂਗਾ ਲਓ ਦੋਸਤੋ ਪਹਿਲਾਂ ਉਨੀ ਕੁ ਗੱਲ ਕੀਤੀ ਜਾਂਦੀ ਹੈ ਵੀ ਜਿੰਨਾ ਥੱਲੇ ਹੈਗਾ ਜਿੰਨਾ ਥੱਲੇ ਹੈਗਾ ਉਹ ਚੋ ਕੇ ਆਉਂਦਾ 2.5 ਲੱਖ ਮੁੱਲ ਆ ਬਾਕੀ ਮਾਨਤਾਨ ਵਿੱਚੋਂ ਹੋਊਗਾ ਸਾਰੇ ਪਸ਼ੂਆਂ ਦੇ ਵਿੱਚੋਂ ਮਾਨਤਾਨ ਹੋਊਗਾ ਜਿੰਨਾ ਰੇਟ ਦੱਸਿਆ ਜਾਊਗਾ। ਹਾਂਜੀ ਹਾਂਜੀ ਠੀਕ ਆ ਵੀਰ ਸਰਵਣ ਅਗਲੇ ਪਾਸੇ ਆ ਗਈ ਆਪਣੇ ਕੋਲ ਝੋਟੀ ਹੈ ਇਹ ਮੱਝ ਦੀ ਕੀ ਡਿਟੇਲ ਆ ਇਹ ਦੂਸਰਾ ਸੂਆ ਸੂਈ ਹੈ ਵੀ ਜੀ ਇਹ ਦੂਸਰਾ ਹਾਂਜੀ ਇਹਦਾ ਸਮਾਂ ਕਿੰਨਾ ਕੁ ਹੋ ਗਿਆ ਸੂਈ ਦਾ ਇਹਨੂੰ ਸੂਈ ਨੂੰ ਭਾਜੀ ਥੋੜ੍ਹਾ ਜਿਹਾ ਵੱਧ ਸਮਾਂ ਹੈਗਾ ਚਲੋ ਉਸ ਹਿਸਾਬ ਨਾਲ ਮੁੱਲ ਵੀ ਹੋ ਜੂਗਾ ਆਹ ਕਟਾ ਜੀ ਇਹਦਾ ਕਟਾ ਕਿੰਨਾ ਮਹੀਨਾ ਡੇਢ ਕਿੰਨਾ ਦੋ ਹੀ ਤੁਸੀਂ ਮੰਨ ਕੇ ਚੱਲੋ ਲਓ ਜੀ ਆ ਕੱਟੇ ਤੋਂ ਕੋਈ ਵੀਰ ਅੰਦਾਜ਼ਾ ਲਾ ਲੇ ਬੱਲੇ ਮੱਥੇ ਦਾ ਕਟਾ ਹਾਂਜੀ ਜੀ ਮੱਥਾ ਚਿੱਟਾ ਤੇ ਕੋਈ 2 ਮਹੀਨੇ ਦਾ ਵੀ ਸਮਾਂ ਤੁਸੀਂ ਲਾ ਸਕਦੇ ਸਾਂਭਿਆ ਜ਼ਿਆਦਾ ਆ ਵੇ ਦੁੱਧ ਦੱਧ ਬਹੁਤ ਜ਼ਿਆਦਾ ਛੱਡਿਆ। ਅੱਛਾ ਵੀਰ ਸਰਵਣ 2 ਮਹੀਨੇ ਦੀ ਚਲੋ ਮੰਨ ਕੇ ਆਪਾਂ ਗੱਲ ਕਰਦੇ ਆ ਤੇ ਸੂਆ ਦੂਜਾ ਦੁੱਧ ਹੁਣ ਕਿੰਨਾ ਚਵਾ ਦਾਂਗੇ ਦੁੱਧ ਵੀਰ ਜੀ ਇਹਦੇ ਥੱਲੇ 12 ਲੀਟਰ ਤੋਂ ਚੋ ਕੇ ਦੇਵਾਂਗੇ ਦੁੱਧ ਤੇਰੇ ਥੱਲੇ ਜ਼ਿਆਦਾ ਸੀ ਵੀਰ ਇਹ ਪਰਸੋਂ ਨਾ ਤਕਰੀਬਨ ਕੁਦਰਤੀ ਪਤਾ ਨਹੀਂ ਕੀ ਗੱਲ ਮੈਂ ਇੰਨੇ ਚਿਰ ਪਿੱਛੋਂ ਵੀ ਇਹ ਨਾ ਡਾਊਨ ਹੋ ਗਈ ਦੁੱਧ ਦੇ ਥੱਲੇ 14 ਲੀਟਰ ਹੀ ਝੋਟੀ ਥੱਲੇ ਓਕੇ ਤੇ ਇਹਨੂੰ ਕੱਲ੍ਹ ਬੋਤਲ ਲਵਾਈ ਇਹਨੂੰ ਠੀਕ ਹੈ ਜੀ। ਹਾਂਜੀ ਆਪਣੇ ਕੋਈ ਝੂਠਲਾ ਕੰਮ ਨਹੀਂ ਜਿਹੜੇ ਸੱਚਾਈ ਦੱਸਾਂਗੇ ਤੇ ਬੋਤਲ ਲਵਾਉਣ ਦੇ ਨਾਲ ਅੱਜ ਮੈਂ ਇਹਨੇ ਪੱਠੇ ਪੁੱਠੇ ਰੱਜ ਕੇ ਪੂਰੇ ਖਾਧੇ ਆ ਇਹ ਦੁੱਧ ਹੁਣ ਵੀ ਇਹ ਥੱਲੇ 12 ਲੀਟਰ ਇੱਧਰ ਵੇਖੋ ਹਾਰੀ ਸਾਰੀ ਡੰਗਰ ਤੇ ਨਹੀਂ ਹੁੰਦਾ ਨਾ ਬੱਚੇ ਦੇ ਮੂੰਹ ਮਰਦਾ ਇੱਧਰ ਵੇਖੇ ਦਾ ਜਿਗਾੜਾ ਬਹੁਤ ਵੱਡੀਆਂ ਮੋਟੀਆਂ ਨਾੜੇ ਬੜੀ ਜ਼ਿਆਦੀ ਕਰਤੂਤ ਵਾਲੀ ਝੋਟੀ ਆ ਚਵਾਪ ਸਮਾਂ ਵੀ ਬਹੁਤ ਜ਼ਿਆਦਾ 1 ਨੰਬਰ ਦਾ ਤੇ ਫਿਰ ਹੈਗੀ ਵੀ ਪਿਓਰ ਦੇ ਵਿੱਚ ਆ ਨੀਲੀ ਦਾ ਵੀ ਨੀਲੀ ਦੀ ਦੋਸਤੋ ਅਗਲੀ ਜਿਹੜੀ ਇਹ ਝੋਟੀ ਹੈ ਵੀ ਨੀਲੀ ਦੀ ਆ ਦੂਜਾ ਸੂਗਾ ਬਹੁਤ ਜ਼ਿਆਦਾ ਠੰਡੀ ਧੀਰੀ ਅਗਲੇ ਜ਼ਿਆਦਾ ਇਹਨੇ ਕੁੱਖ ਜੀ ਤਾਂ ਨਹੀਂ ਕੱਢੀ ਵੀ ਸਿਰਫ ਇਹਨੂੰ ਕੱਲ੍ਹ ਬੋਤਲ ਲਵਾਉਣੀ ਪਈ ਆ ਮੱਝ ਨੂੰ ਘਾਟ ਦੇ ਵਿੱਚ ਆ ਗਈ ਠੀਕ ਹੈ ਜੀ ਨਹੀਂ ਕਈ ਬੰਦੇ ਦੱਸਦੇ ਨਹੀਂ ਵੀ ਡੰਗਰ ਢਿੱਲਵਾਂਠ ਹੋਵੇ ਅਸੀਂ ਅਗਲੇ ਨੂੰ ਦੱਸ ਦਿੰਦੇ ਹਾਂ ਜਿਵੇਂ ਅੱਜ ਅਸੀਂ ਟੀਕੇ ਲਵਾਈ ਕੱਲ੍ਹ ਨੂੰ ਅਗਲਾ ਲਵਾਲੇ ਦੇ ਕਾਇਮ ਹੋ ਜੇ ਤੇ ਨਹੀਂ ਜੇ ਇਹ ਢਿੱਲੀ ਹੈ ਜੇ ਢਿੱਲੀ ਤੁਰੀ ਜਾਵੇ ਅਗਲਾ ਆ ਕੇ ਪੱਠੇ ਨਹੀਂ ਖਾਦੇ ਕੀ ਗੱਲ ਆ ਤੇ ਮੁੜ ਕੇ ਜਿਹੜੇ ਪੈਸੇ ਕਿਸੇ ਨੇ ਦੇਣੇ ਆ ਬੜੇ ਔਖੇ ਹੀ ਪੈਸੇ ਦਿੱਤੇ ਜਾਂਦੇ ਇਹ ਹੁਣ ਪੱਠੇ ਪੁੱਠੇ ਵਧੀਆ ਖਾਂਦੀ ਹਾਂ ਜੀ ਹੁੰਦਾ ਵੇ ਤੁਹਾਡੇ ਸਾਹਮਣੇ ਰੱਜੀ ਅੱਜ ਲਿਆਓ ਵੀਰ ਜੀ ਇਹਨੂੰ ਵੀ ਤੋਰ ਗਏ ਹਾਂਜੀ ਲਓ ਦੋਸਤੋ 12 ਕਿਲੋ ਦੁੱਧ 2 ਮਹੀਨਿਆਂ ਦੀ ਸੂਈ ਆ ਹਾਂਜੀ ਬਾਕੀ ਚੋਣ ਚਾਣ ਕਿਸੇ ਬੜੀ ਜ਼ਿਆਦੀ ਆ ਹੁਣ ਆ ਬੱਚੇ ਨੇ ਮੂੰਹ ਲਾਇਆ ਕਰਕੇ ਥਣਾ ਜਿਹਾ ਚਾਈ ਆਏ ਠੀਕ ਆ ਹਾਂਜੀ।
ਠੀਕ ਹੈ ਜੀ। ਸੋ ਇੱਕ ਥਣ ਵਾਈਟ ਆ ਨੀਲੀ ਦੇ ਵਿੱਚ, ਜਿੱਦਾਂ ਆਪਾਂ ਦੇਖਦੇ ਹਾਂ ਦੋਸਤੋ ਸੋਨੇ ਦੇ ਸੁਹਾਗੇ ਵਾਲੀ ਗੱਲ, ਅਤੇ ਆਹ ਲਓ ਠੀਕ ਆ। ਸੋ ਬਾਕੀ ਚੋਣ ਕੋਈ ਪਸ਼ੂ ਜਿਹੜਾ ਚੋਣ ਬਹੁਤ ਜ਼ਿਆਦਾ ਚੰਗੀ ਹੈ ਭਾਜੀ, ਆਪਦਾ ਫਿਰ ਵੀ ਕੋਈ ਵੀਰ ਦੋ ਡੰਗ ਚੋਲੋ ਚਾਰ ਟਾਈਮ ਚੋਲੋ ਖੁੱਲ੍ਹਾ ਸੱਦਾ ਹੁੰਦਾ ਵੀ ਆਪਦਾ ਜਿਹੜਾ ਵੀਰ ਨੇ ਪੈਸੇ ਲਾਉਣੇ ਹਾਂਜੀ ਤਸੱਲੀ ਕਰਕੇ ਖੜੇ ਆਪਣੀ ਤਸੱਲੀ ਕਰੇ ਠੀਕ ਆ ਠੀਕ ਆ। ਅਤੇ ਨੀਲੀ ਦੇ ਵਿੱਚ ਇਹ ਵੀ ਹੈਗੀ ਝੋਟੀ, ਤਾਂ ਕੀ ਇਹਦਾ ਮੁੱਲ ਕੀ ਕਰਦੇ ਆ ਬਈ? ਉਹ ਮੁੱਲ ਭਾਜੀ ਜਿਹੜੇ ਤਾਜ਼ੀ ਹੁੰਦੀ ਸੂਈ ਫਿਰ ਤਾਂ ਚਲੋ ਆਪਾਂ ਇੱਕ 30 ਵੀ ਮੰਗ ਲੈਂਦੇ, ਜੋ ਮਰਜ਼ੀ ਮੰਗ ਲੈਂਦੇ। ਹੁਣ ਜਿਹੜੀ ਲੈਣ ਦੇਣ ਵਾਲੀ ਗੱਲ ਹੈ 1-12 ਦੀ ਦੇ ਦਾਂਗੇ ਆਪਾਂ, 1-12 ਦੀ ਹਾਂਜੀ ਠੀਕ ਹੈ ਜੀ। ਉਹ ਵੀ ਸਿਰਫ ਆ ਸੂਆ ਜਿਹੜਾ ਵਾ 2 ਮਹੀਨੇ ਪੀਤਾ ਕਰਕੇ, ਉਸ ਤਰ੍ਹਾਂ ਇਹ ਦੁੱਧ ਵੀ 15 ਲੀਟਰ ਵਾਲੀ ਆ ਝੋਟੀ, ਅਤੇ ਦੇਣੀ ਵੀ 1-25-30 ਦੀ ਠੀਕ ਹੈ ਜੀ। ਹਾਂਜੀ ਸਿਰਫ ਇਹ ਬੱਚੇ ਉੱਚੇ ਦਾ ਕਰਕੇ ਹੀ ਇੰਨਾ ਹੀ ਇਹਦਾ ਰੇਟ ਘੱਟ ਕੀਤਾ 1-12। ਹਾਂ ਇਹ ਨਾ ਕੋਈ ਆਖੇ ਵੀ ਜਾਂ ਇਹਦੇ 'ਚ ਕਮੀ ਆ ਕੋਈ ਤਾਂ ਕਰਕੇ, ਅਰੇ ਥਣ ਜੇ ਜੋੜਦੀ ਨਾ ਬੱਚਾ ਮੂੰਹ ਮਾਰ ਗਿਆ ਏ ਮਰਲੇ ਥਣਾ। ਹਾਂਜੀ ਤੇ ਉਹ ਤਾਂ ਕਰਕੇ ਥਣਾ ਚ ਆਈ ਕਰਕੇ ਉਹ ਤਾਂ ਚੱਡਿਆ ਡਿਜ਼ਾਈਨ ਇਹਦਾ ਬਹੁਤ ਜ਼ਿਆਦਾ ਸੋਹਣਾ ਏ। ਹਾਂਜੀ ਜਦੋਂ ਡੰਗਰ ਥਣਾ ਚ ਆ ਜਾਂਦਾ ਫਿਰ ਬਰੋਬਾ ਜਿਹਾ ਲੱਗਦਾ ਏ। ਤੇ ਉਹ ਲਓ ਵੀ ਭਰਾਵੋ ਰੇਟ ਤੁਹਾਨੂੰ ਦੱਸਤਾ 1,12,000, ਬਹੁਤ ਠੰਡੀ ਤੇਰੀ ਮੱਝ, ਤੇ ਮੱਝ ਵੀ ਤੁਸੀਂ ਵੇਖ ਲਈ ਆ। ਹਾਂਜੀ ਬਾਕੀ ਕਿਸੇ ਵੀਰ ਨੇ ਪੈਸੇ ਖਰਚ ਕਰਨੇ ਆਪਾਂ ਕਹਿੰਦੇ ਵੀ ਇੱਥੇ ਆਣ ਕੇ ਆਪਦੀ ਤਸੱਲੀ ਕਰ ਲਈ, ਤਸੱਲੀ ਕਰਕੇ 2 ਟਾਈਮ ਚੋਵੇ। ਤੇ ਅਗਲੀ ਆਪਣੇ ਕੋਲ ਵੀ ਸਰਵਨ ਆ ਗਈ ਮੈਂ। ਹਾਂਜੀ ਇਹ ਵੀ ਤੀਸਰਾ ਸੂਆ ਸੂਈ ਜੀ, ਤੀਜਾ ਸੂਆ, ਇਹ ਪਰਸੋਂ ਸੂਈ ਜੀ। ਲਓ ਜੀ ਪਰਸੋਂ ਦੀ ਸੂਈ ਆ, ਤੀਜਾ ਸੂਆ। ਹਾਂਜੀ ਬੱਚਾ ਇਹਦੇ ਮਗਰ ਕੀ ਆ ਗਿਆ? ਬੱਚਾ ਇਹਨੇ ਦਿੱਤੀ ਕੱਟੀ ਆਵੇ ਬਿਲਕੁਲ ਛੋੜੀ ਜੀ। ਅੱਛਾ ਹੈਗੀ ਉਹ ਤਰ੍ਹਾਂ ਪੂਰੀ ਤੇਜ਼ ਆ, ਮੱਝ ਵੱਡੀ ਆ ਕੱਟੀ ਛੋਟੀ ਆ? ਕੱਟੀ ਪਤਾ ਨਹੀਂ ਕੀ ਗੱਲ, ਕੱਟੀ ਜ਼ਿਆਦੀ ਉਹ ਤਰ੍ਹਾਂ ਪੂਰੀ ਤੇਜ਼ ਆ, ਦੁੱਧ ਦੱਧ ਪੂਰਾ ਚੁੰਘਦੀ ਆ, ਰੱਜ ਕੇ ਭੱਜੀ ਫਿਰਦੀ ਆ। ਲਓ ਜੀ ਇਹ ਕੱਟੀ ਆ, ਹਾਂਜੀ ਮਗਰ ਐਕਟਿਵਾ ਪੂਰੀ ਕੱਟੀ ਪੂਰੀ ਤੰਦਰੁਸਤ ਆ, ਤੰਦਰੁਸਤ ਦੇ ਉਤਰਾ ਹੈ ਬੱਚਾ ਛੋਟਾ ਜਿਹਾ, ਕਈ ਛੋਟਾ ਦਿੱਤਾ ਆ, ਡਿਵੈਲਪਮੈਂਟ ਘੱਟ ਹੁੰਦੀ ਆ ਪਸ਼ੂ। ਹਾਂਜੀ ਬਾਕੀ ਇਹਨੇ ਸੂ ਕੇ ਨਾ ਕੋਈ ਪ੍ਰਵਾਹ ਨਹੀਂ ਕੀਤੀ, ਆਵੇ ਪੱਠੇ ਪੁੱਠੇ ਖਾਂਦੀ ਆ ਜਿਵੇਂ ਐਂ ਹੋ ਜਾਂਦੀ, ਜਿਵੇਂ 15 ਦਿਨਾਂ ਦੇ ਸੂਈ ਦੇਣੀ ਨੇ, ਇੰਨੇ ਕੁ ਪੱਠੇ ਨਾ ਡੰਗਰ ਦਹੀਂ 15 ਦਿਨ ਹੀ ਖਾਂਦਾ ਹੈ। ਬਿਲਕੁਲ ਜੀ ਬੱਚਾ ਇਹਨੇ ਛੋਟਾ ਦਿੱਤਾ ਕਰਕੇ ਤੇ ਇਹਨੂੰ ਕੋਈ ਪ੍ਰੋਬਲਮ ਨਹੀਂ ਆਈ, ਪੁੜੇ ਪੁੜੇ ਚੱਕਣ ਡਈ ਆ ਜੀ। ਹਾਂਜੀ ਹਾਂਜੀ ਪਰਸੋਂ ਦੀ ਸੂਈ ਆ ਭਾਜੀ, ਹਾਲੇ ਤੇ ਬੋਲਾ ਹੀ ਆ ਕੋਈ ਚੋਕ ਬੋਲੇ ਬਣਦਾ, ਤੇ ਵੀਰ ਸਰਵਣ ਹੁਣ ਬੋਲੇ ਤੇ ਕਿੰਨਾ ਕੁ ਆਪਾਂ ਕਾਊਂਟ ਕਰੀਏ, ਕਿੰਨਾ ਕੁ ਹੈਗਾ ਹੁਣ? ਇਹ ਥੱਲੇ 8 ਲੀਟਰ ਬੋਲਾ ਹੈਗਾ ਭਾਜੀ, ਚੋਣ ਚਾਣਾ ਹੈ ਪੂਰੀ ਸਾਫ਼ ਭਾਜੀ, ਜਿਸ ਤਰ੍ਹਾਂ ਦੀ ਜੋ ਵੀ ਦੱਸਾਂਗੇ ਉਹ ਹੀ ਨਿਕਲੂਗਾ। ਠੀਕ ਹੈ ਜੀ ਹਾਂਜੀ ਚਵਾਈ, ਬਾਕੀ ਇਹ ਗੱਲ ਅਸੀਂ ਜ਼ਰੂਰ ਐਰ ਕੇ ਕਹਿਣੀ ਆ, ਜਦੋਂ ਵੀ ਕੋਈ ਆਪਣੇ ਨਾਲ ਵੀਰ ਸੌਦਾ ਕਰਦਾ ਅੱਗੇ ਜਿੰਨੀਆਂ ਵੀ ਮੱਝਾਂ ਮੈਂ ਵੇਚਗਾ ਨਾ, ਹਾਂਜੀ ਚਲੋ ਮਹਾਰਾਜ ਦੀ ਕਿਰਪਾ ਨਾਲ ਆਪਾਂ ਜੋ ਦੱਸਿਆ ਉਹ ਹੀ ਨਿਕਲਿਆ, ਵੀਰ ਕਹਿ ਦਿੰਦੇ ਆ ਵੀ ਗੱਡੀ ਭੇਜ ਦੋ ਤੇ ਗੱਡੀ ਵਾਲੇ ਨੂੰ ਪੈਸੇ ਦਿੰਨੇ ਜਾਂ ਖਾਤੇ 'ਚ ਪਾਉਣੇ ਆ, ਪਰ ਇਹ ਕੰਮ ਨਹੀਂ ਆਪਾਂ ਕਰਨਾ। ਇੱਕ ਤੇ ਅਗਲੇ ਦੇ ਘਰ ਮੱਝ ਜਾਵੇ ਕਈ ਵਾਰੀ ਵੀਡੀਓ 'ਚ ਡੰਗਰ ਚੰਗਾ ਲੱਗਦਾ ਹੈ ਤੇ ਉੱਥੇ ਜਾ ਕੇ ਮਾੜਾ ਲੱਗਦਾ, ਅਗਲਾ ਇੱਥੇ ਆਵੇ ਗੱਡੀ ਆਪਣੀ ਭੇਜੇ ਨਾਲ ਆਵੇ ਤੇ ਆਪਣੇ ਘਰੋਂ ਮੱਝ ਚੋ ਕੇ ਖੜੇ। ਇਹ ਨਹੀਂ ਅਸੀਂ ਐਰ ਕੀ ਕੰਮ ਕਰਨਾ ਵੀ ਇੱਥੇ ਮੱਝ ਲੱਦ ਕੇ ਭੇਜ ਦੋ ਤੇ ਪੈਸੇ ਉੱਥੋਂ ਦੇਣੇ ਆ। ਨਹੀਂ ਨਹੀਂ ਸਹੀ ਵੇ ਜਿਹੜਾ ਹੈਗਾ ਸਹੀ ਵੇ ਤਾਂ ਗੱਡੀ ਆਪਣੀ, ਜੇ ਕਿਸੇ ਨੇ ਵੀਰ ਨੇ ਸੌਦਾ ਕਰ ਵੀ ਲਿਆ ਬਿਆਨਾ 1,000-2,000 ਰੁਪਇਆ ਪਾਤਾ ਹੈ, ਘਰ ਆਉਂਦਾ ਹੈ ਉਹਦੇ ਮੱਝ ਨਹੀਂ ਪਸੰਦ ਆਉਂਦੀ, ਬਿਲਕੁਲ ਉਹਦੀ ਕਿਰਾਏ ਦੇ ਵਿੱਚ ਜਾਨ ਛੁੱਟ ਜੂਗੀ, ਆਪਦਾ ਬਿਆਨਾ ਵਾਪਸ ਲੈ ਜੇ ਤੇ ਮੱਝ ਨਾ ਖੜੇ, ਬਸ ਬਸ। ਹਾਂਜੀ ਇਹ ਨਹੀਂ ਅਸੀਂ ਦੋ ਤਿੰਨਾਂ ਨੂੰ ਖੱਜਲ ਖਰਾਬੀ ਹੁੰਦੀ ਹੈ, ਇਹ ਨਾ ਸਾਨੂੰ ਆਖੇ ਵੀ ਚਲੋ ਇਹ ਵੀ ਤੇਰੀ ਮੱਝ ਮਾੜੀ ਆ ਉਹ ਜੇ ਆ ਘਰ ਜਾ ਗਈ ਨੂੰ ਆਖੇ, ਘਰ ਗਈ ਜਿਹੜੀ ਮੁੜਨੀ ਉਹ ਮਾੜੀ ਆ, ਇਥੋਂ ਆਪਦੀ ਗੱਡੀ ਦਾ ਜੇ ਮੱਝ ਜੋ ਉਹਨੂੰ ਜਾਪੇ 50,000 ਜਾਂ 20,000 ਮਹਿੰਗੀ ਆ, ਉਹਦੇ ਨਾਲ ਗੱਡੀ ਦਾ ਜੇ 2,000 ਕਿਰਾਇਆ 4 ਉਹਦੇ ਵਿੱਚ, ਜੇ ਇਹ ਨਹੀਂ ਪਸੰਦ ਆਉਂਦੀ ਤੇ ਫਿਰ ਦੂਜੀ ਖੜ ਸਕਦਾ ਕੋਈ, ਪਸ਼ੂ ਵਾਧੂ ਹੁੰਦੇ ਆ, ਇੱਕ ਨਾ ਦੂਜਾ ਪਸੰਦ ਆ ਜਾਂਦਾ। ਇਹ ਆ ਵੀ ਗੱਡੀ ਆਪਣੀ ਲੈ ਕੇ ਆਵੇ ਤੇ ਆਪਣੀ ਤਸੱਲੀ ਕਰਕੇ ਆਪਣੇ ਘਰੋਂ ਖੜੇ। ਠੀਕ ਹੈ ਜੀ, ਜੇ ਆਪਾਂ ਕੋਈ ਮੰਡੀ 'ਚ ਨਹੀਂ ਵਧੀ ਵੀ ਜਿਹੜੇ ਅਗਲੇ ਨੂੰ ਆਖਣਾ ਵੀ ਦਾ ਉਤਾਰਾ ਮਾਰੇ ਲੱਦ ਕੇ ਘਲਾ ਦਿੰਦੇ ਤੇ ਪੈਸੇ ਦੇ ਦਿਓ, ਬਿਲਕੁਲ ਉਹ ਨਹੀਂ ਆਪਣੇ ਕੋਲੇ, ਖੋਲ ਕੇ ਤੋਰ ਦਈਏ ਵੀ ਠੱਗੀ ਵਾਲਾ ਕੰਮ ਕੋਈ ਨਹੀਂ। ਦੋਸਤੋ ਤੀਜੇ ਦਿਨ ਦੇ ਵਿੱਚ ਅੱਜ ਸੂਬਿਆਂ ਦੇ ਵਿੱਚ ਇਹਨੇ ਬਾਕੀ 12 ਲੀਟਰ ਤੋਂ ਇਹਨੇ ਪਲੱਸ ਜਾਣਾ ਜੀ, ਅੱਜ ਜਿਸ ਤਰ੍ਹਾਂ ਦਾ ਥਣ ਲੀਵਾ ਵੇਖ ਲਓ। ਠੀਕ ਆ, ਤੇ ਬਾਕੀ ਇੱਕ ਜਿਹੜਾ ਸਹੀ ਵੇ ਤਾਂ ਦੋਸਤੋ ਇਹੋ ਹੀ ਹੈ ਵੀ ਜੋ ਪਸ਼ੂ ਤੁਹਾਨੂੰ ਦਿਖਾ ਦਿੰਦੇ ਆਪਾਂ ਆਪਦਾ ਬਿਲਕੁਲ ਸਾਈ ਬਿਆਨਾ ਕਰਕੇ ਮੌਕੇ ਤੇ ਪਹੁੰਚਿਆ ਕਰੋ, ਗੱਡੀ ਆਪਦਾ ਪੈੜਾ ਲੈ ਕੇ ਸੰਦ ਪੈੜਾ ਲੈ ਕੇ ਪਹੁੰਚਿਆ ਕਰੋ, ਇੱਥੋਂ ਆਪਦੀ ਚੀਜ਼ ਇੱਕ ਨਹੀਂ ਪਸੰਦ ਆਉਂਦੀ ਦੋ ਚੋਕੇ ਖੜੇ, ਕਿਉਂਕਿ 5-7 ਮੱਝਾਂ ਜਿਹੜੀਆਂ ਹੁੰਦੀਆਂ ਉਹਨਾਂ 'ਚੋਂ ਕੋਈ ਇੱਕ ਨਾ ਪਸੰਦ ਆਊਗੀ। ਤੇ ਆਹ ਲਓ ਠੀਕ ਆ, ਕੋਈ 8 ਕਿਲੋ ਹੁਣ ਬੌਲੇ ਤੇ ਆ। ਹਾਂਜੀ ਤੀਜਾ ਡੰਗ ਹੈ ਭਾਜੀ, ਸੂਆ ਮਤਲਬ ਪਰਸੋਂ ਹੀ ਸੂਈ ਹਾਲੇ, ਤੀਜਾ ਸੂਆ ਤੀਜਾ ਹੀ ਦੇਣਾ। ਹਾਂਜੀ
ਠੀਕ ਆ, ਮਗਰ ਭਾਈ ਬਿਲਕੁਲ ਥੋੜੀਆਂ ਜਿਹੀਆਂ ਧਾਰਾਂ ਤੋਂ, ਥੋੜੀਆਂ ਜਿਹੀਆਂ ਧਾਰਾਂ ਤੋਂ ਤੁਰੀ ਸੀ ਤੇ ਡੰਗ ਦੇ ਡੰਗ ਹੀ ਆ ਕਰਮ ਵਾਲੇ ਵਧੇ ਨੇ, ਬੋਲਾ ਦੇ ਥੱਲੇ ਬਿਲਕੁਲ ਹੀ ਘੱਟ ਸੀ। ਅੱਛਾ ਜੀ, ਹਾਂਜੀ, ਤੇ ਹੁਣ ਦਿਨੇ ਅਸੀਂ 4 ਲੀਟਰ ਦੁੱਧ ਦੇ ਥੱਲੇ ਚੋਲਿਆ ਅੱਜ। ਠੀਕ ਆ ਜੀ, ਹਾਂਜੀ, ਸਾਫ ਪਹਿਲਾਂ ਜਿਵੇਂ ਪਹਿਲੇ ਡੰਗ ਹੈ ਹੀ ਬਿਲਕੁਲ ਘੱਟ ਹੀ, ਸਾਫ ਪਹਿਲੇ ਦਿਨ ਹੀ ਹੋ ਗਈ ਇਹ। ਅੱਛਾ ਅੱਛਾ, ਹਾਂਜੀ, ਚਾਰੂ ਬਹੁਤ ਜ਼ਿਆਦਾ, ਜਿਹੜੀ ਚਾਰੂ ਆ ਇਹਨੇ ਦੁੱਧ ਦੇਣਾ ਹੀ ਦੇਣਾ। ਅੱਛਾ ਵੀਰ, ਸਰਵਣ ਕੀ ਇਹਦੀ ਮੰਗ ਕਰਦੇ ਪਏ? ਇਹ ਭਾਈ 90 ਦੀ ਦੇ ਦਾਂਗੇ। ਅੱਛਾ, ਹਾਂਜੀ, ਬਾਕੀ ਇਹ ਵੀ ਸਾਡੀ ਆ ਬਾਰਡਰ ਏਰੀਏ ਦਾ ਹੀ ਆ ਮੱਝ, ਇੱਧਰ ਦੀ ਮੱਝ ਆ। ਹਾਂਜੀ, ਹੈਗਾ ਪਾਖੇ ਦਾ, ਨੀਲੀ ਨੂਲੀ ਦਾ, ਨੀਲੀ ਦਾ, ਹਾਂਜੀ, ਅੱਖ ਉੱਖ ਬਿੱਲੀ ਇੱਧਰ ਵੇਖੋ, ਬਹੁਤ ਸੋਹਣੀ ਇਹ ਤਾਂ ਮਾਜੀ, ਮੱਝਾਂ ਹੀ ਬੜੀਆਂ ਜ਼ਿਆਦੀਆਂ ਚੰਗੀਆਂ ਸੀ ਜਾਂ ਰਹਿ ਗਈਆਂ ਇਹ ਪਾਕਿਸਤਾਨ ਦੇ ਵਿੱਚ, ਤੇ ਇੱਧਰ ਸਾਡੀਆਂ ਪਿੰਡਾਂ ਦੇ ਵਿੱਚ ਫਿਰ ਵਪਾਰ ਕਰਕੇ ਗਾਂਹ ਦੀ ਗਾਂਹ ਚਲੀਆਂ ਗਈਆਂ ਕਰਮ ਵਾਲੀਆਂ, ਚਲੀਆਂ ਗਈਆਂ ਲੋਕਾਂ ਨੇ ਸਾਰ ਨਹੀਂ ਪਾਈ। ਮੈਂ ਤੇ ਪਾਈ ਜਾਂਦਾ ਵੀ ਜਿਹੜੀਆਂ ਇਹ ਚੀਜ਼ ਆ ਨਾ ਕਰਮ ਵਾਲੀਆਂ, ਭਾਵੇਂ ਕਿਸੇ ਦੀ 1,00,000 ਰੁਪਈਆ ਵੀ ਤਨਖਾਹ ਆ, ਉਹਨੂੰ ਵੀ ਮਹੀਨੇ ਬਾਅਦ ਹੀ ਮਿਲਣੀ ਆ। ਜਿਹੜਾ ਇਹਨਾਂ ਕਰਮ ਵਾਲੀਆਂ ਦੀ ਸੇਵਾ ਕਰਦਾ, ਇਹ ਚੜ੍ਹਦੇ ਸੂਰਜ ਨਾਲ ਰੋਜ਼ ਪੈਸੇ ਦੇ ਦੇਗਾ। ਬਸ ਬਸ, ਮੈਂ ਇਹ ਗੱਲ ਨਾ ਵੀ ਜਿਹੜਾ ਮਾਲ ਡੰਗਰ ਰੱਖਦਾ, ਜਿਹਨੇ 10 ਰੱਖਣੀਆਂ ਉਹ 5 ਰੱਖੇ ਤੇ ਇਹਨਾਂ ਨੂੰ ਪੂਰੀਆਂ ਸਾਂਭੇ। ਬਸ ਬਸ, ਇਹ ਹੱਕ ਨਹੀਂ ਰੱਖਦੀਆਂ ਆਪਣਾ। ਸਹੀ ਆ, ਸਹੀ, ਹਾਂਜੀ, ਦੋਵੇਂ ਟਾਈਮ ਹੀ ਪੈਸੇ ਦੇ ਦਿੰਦੇਗਾ। 90,000 ਦੀ ਇਹ ਹੋ ਜੂਗੀ, ਬਾਕੀ ਵਿੱਚੋਂ ਜੋ ਮਾਨਦਾਨ ਗੰਜਾਇਸ਼ ਹੋਈ ਵਿੱਚੋਂ ਮਾਨਦਾਨ ਚੁਆਪ ਸਮਾਦ ਹੈ, ਬਹੁਤ ਜ਼ਿਆਦਾ ਹੀ ਇਹਦਾ ਮੋਟਾ ਵਾ, ਕੋਈ ਭੂਰ ਛੱਟਾ ਨਹੀਂ ਹੈਗਾ। ਠੀਕ ਹੈ ਜੀ, ਹਾਲੇ ਵੇਖ ਲਓ 2:30 ਵਜੇ ਸ਼ਾਮਾਂ ਨੂੰ ਆ ਕੇ ਵੇਖੋ, ਇਦੋਂ ਵੀ ਦੂਣੀ ਬਣਦੀ ਹੈ, ਬਣਦੀ ਆ, ਐ ਚੋਇਆਂ ਚੱਡਾਂ ਨੂੰ ਚੜਦਾ ਹੈ। ਠੀਕ ਹੈ ਜੀ, ਅਗਲਾ ਪਸ਼ੂ ਆਪਾਂ ਵੀਰ ਸਰਵਣ ਕੱਢੀਏ, ਇਹਨਾਂ ਨੂੰ ਉੱਥੇ ਕਰ ਦਈਏ। ਲਓ ਵੀ ਦੋਸਤੋ, ਅੱਗੇ ਚੌਥੇ ਨੰਬਰ ਤੋਂ ਆਪਾਂ ਫਿਰ ਸਟਾਰਟ ਕਰ ਦਿੰਦੇ ਹਾਂ, ਵੀਰਵਾ ਨਾਲ ਦੀ ਨਾਲ ਪਾਈ ਜਾਂਦੇ ਹਾਂ ਤਾਂ ਜੋ ਕੋਈ ਵੀਰ ਕਨਫਿਊਜ਼ ਨਾ ਹੋਵੇ। ਹਾਂਜੀ, ਅੱਛਾ ਵੀਰ ਸਰਵਣ, ਜਿਹੜੀ ਇਹ ਚੌਥੇ ਨੰਬਰ ਤੇ ਇਹ ਮੱਝ ਆਪਣੇ ਕੋਲ, ਇਹਦਾ ਪੂਰਾ ਰਿਕਾਰਡ ਦੱਸ ਦਈਏ ਡਿਟੇਲ। ਇਹਦਾ ਰਿਕਾਰਡ ਵੀਰ ਜੀ, ਇਹ ਦੂਸਰਾ ਸੂਗਾ ਸੋਈ ਜੇ। ਅੱਛਾ ਜੀ, ਹਾਂਜੀ, ਤੇ ਕੱਟੀ ਅੱਖ ਵੇਖ ਨੂੰ ਵੱਡੀ ਜ਼ਿਆਦੀ, ਬਾਕੀ ਹਲੇ ਮੈਂ ਸੁੱਟਣ ਡਈ ਆ, ਸਿਰਫ ਇਹ 12 ਅੰਦਰਾਂ ਦੀ ਕੱਟੀ ਆ, ਟੀਕੇ ਚੰਗੇ ਦੀ, ਬਹੁਤ ਚੰਗੀ ਕੱਟੀ ਹੈ। ਅੱਛਾ ਜੀ, ਹਾਂਜੀ, ਇਹ ਝੋਟੀ ਦੀ ਜੀ ਮੈਲਾ, ਮੈਨੂੰ ਲੱਗਾ ਨਾਲ ਲੱਗਾ। ਹਾਂਜੀ, ਮੈਲਾ ਨਿਮਾਣ ਡਈ ਆ ਮੱਝ ਦੇ, ਹਾਲੇ ਬਿਲਕੁਲ ਤਾਜ਼ੀ ਆ ਮੱਝ। ਦੋਸਤੋ, ਇਹ ਬੱਚਾ ਮਗਰ ਕੱਟੀ, ਹਾਂਜੀ, ਬਹੁਤ ਚੰਗੀ, ਕੋਈ 12 ਕੁ ਦਿਨਾਂ ਦੀ ਸੂਈ ਆ ਮੱਝ, ਬੜੀ ਚੰਗੀ ਕੱਟੀ ਹੈ। ਅੱਛਾ, ਤੇ ਸੂਆ ਕਿਨਵਾ ਤੀਜਾ ਕਿ ਦੂਜਾ? ਹਾਂਜੀ, ਨਾ ਦੂਜਾ ਸੂਆ ਸੂਈ ਹੈ, ਦੂਜਾ। ਹਾਂਜੀ, ਤੇ 12 ਦਿਨਾਂ ਦੇ ਹੁਣ ਥੱਲੇ ਕੀ ਸਮਾਚਾਰ? ਇਹ ਤੇ ਭਾਜੀ 13 ਤੋਂ + ਜੇ, ਇਹ ਨਹੀਂ ਆਪਾਂ ਕੋਈ ਮੰਡੀ ਵਾਲਾ ਕੰਮ ਨਹੀਂ ਵੀ ਧਾਰਾਂ ਇਹ ਨਾ ਕੋਈ ਵੀ ਰੱਖੇ ਵੀ ਜਿਹੜੀ ਮੈਂ ਦੱਸਦਾ ਦੁੱਧ 10-12 ਮੈਂ ਕਹਿ ਦਿੰਦਾ ਨਾ 10 ਕਿਲੋ ਵੀ ਦੁੱਧ ਬੜਾ। ਬਾਕੀ ਕਈ ਵਪਾਰੀ ਕਹਿੰਦੇ ਵੀ ਅਸੀਂ ਪਾਉਂਦੇ ਕੱਖ ਨਹੀਂ ਆ, ਸਾਡੇ ਘਰ ਤੇ ਜਿਹੜਾ ਡੰਗਰ ਆਇਆ ਹੁੰਦਾ ਕਿ ਨਹੀਂ, ਉਹ ਵਿਆਹ ਵਾਲਾ ਹਿਸਾਬ ਹੀ ਆ ਵੀ ਵਿਆਹ ਆ ਗਿਆ ਇੱਕ, ਜਿੰਨਾ ਹੀ ਰਾਸ਼ਨ ਖਾ ਲੈਣਾ ਅਸੀਂ ਓਨਾ ਹੀ ਪਾ ਦਿੰਦੇ ਜੀ। ਹਾਂ, ਪੂਰਾ ਵੰਡ ਵੀ ਅਸੀਂ ਚੰਗਾ ਆਪਣਾ ਬਣਾ ਕੇ ਪਾਉਣੇ ਆ, ਡੰਗਰ ਕਰਤੂਤ ਵਾਲਾ ਖਾਣ ਵਾਲਾ ਚਾਹੀਦਾ ਹੈ, ਪੂਰਾ ਅਸੀਂ ਵੰਡ ਪਾਉਣੇ ਆ। ਇਹਦੇ ਥੱਲੇ 13 ਤੋਂ +, 2.5 ਲੀਟਰ ਦੀ ਝੋਟੀ ਦੀ ਗਾੜ ਆ। ਠੀਕ ਆ ਜੀ, ਹਾਂਜੀ, 2.5 ਲੀਟਰ ਗੜਿਆ ਅਗਲੇ ਹੁਣ ਨੈਟ ਆਪਾਂ 13 ਕਿਲੋ ਚਵਾ ਦਾਂਗੇ। 13 ਕਿਲੋ ਭਈ ਟਾਈਮੋ ਟਾਈਮ ਆਪਣੀ ਝੋ ਕੇ ਖੜੀ ਲਓ ਦੋਸਤੋ, ਟਾਈਮ ਤੋਂ ਟਾਈਮ ਆਪਣੀ ਜਿਹੜੀ ਤਸੱਲੀ ਕੋਈ ਵੀਰ ਕਰ ਲੇ, 13 ਕਿਲੋ ਦੁੱਧ ਦਾ ਝੋ ਕੇ ਖੜੀ, ਵਿਖਾਲਾ ਫੂਲਾ ਕਰਮ ਵਾਲੀ ਦਾ ਦੱਸਣ ਡਿਆ। ਠੀਕ ਆ, ਹਾਂਜੀ ਹਾਂਜੀ, ਬਹੁਤ ਸਾਫ ਠੰਡੀ ਧੀਰੀ ਬੜੀ ਆ। ਠੀਕ ਹੈ ਜੀ, ਦੂਸਰਾ ਸੂਆ ਹੈ, ਬਹੁਤ ਚੰਗੀ ਆ। ਠੀਕ ਹੈ ਜੀ, ਠੀਕ ਆ, ਤੇ ਲਿਆਓ ਵੀਰ ਸਰਵਣ। ਤੇ ਬਾਕੀ ਦੋਸਤੋ, ਗਾਰਡ ਵੀਰ ਨੇ ਦੱਸੀ ਵੀ ਗਾਰਡ ਅਗਲੇ ਥਾਣਾ ਤੋਂ ਆ, ਭਾਵ ਵੀ ਅਗਲੇ ਥਾਣਾ ਦੇ ਵਿੱਚ ਦੁੱਧ ਕੋਈ 2 ਕਿਲੋ 2.5 ਕਿਲੋ ਜਿਹੜੀ ਅਗਲੇ ਥਾਣਾ ਦੇ ਵਿੱਚ ਦੁੱਧ ਮਿਲਕਿੰਗ ਹੈਗੀ ਆ, ਤੇ 13 ਕਿਲੋ ਜਿਹੜੀ ਟੋਟਲ ਮਿਲਕ ਕਪੈਸਿਟੀ ਹੈ ਇਸ ਮੱਝ ਦੇ ਥੱਲੇ। ਠੀਕ ਆ, ਸੋ 12 ਦਿਨਾਂ ਦੀ ਸੂਈ ਆ, ਮੈਲਿਓ ਕਰਮ ਵਾਲੀ ਚੱਲੀ ਆ, ਬਾਕੀ ਨੋਰਮਲੀ ਥੋੜ੍ਹਾ ਜਿਹਾ ਤੁਹਾਨੂੰ ਨਿਸ਼ਾਨ ਮੈਂ ਦਿਖਾਊਂਗਾ ਪੋਸ਼ ਤੇ, ਜਿਹੜਾ ਮੈਲਾ ਮਾਰਦੀ ਹਲੇ ਮੈਲਾ ਭਾਈ ਮਾਰਨਾ ਮੈਂ ਨੇ। ਠੀਕ ਹੈ ਜੀ, ਬਾਕੀ ਦੋਸਤੋ ਚੋਣ ਵਾਲਾ ਦੁੱਧ ਜਿਹੜਾ 13 ਕਿਲੋ ਤੁਹਾਨੂੰ ਦੱਸਿਆ ਗਿਆ, ਇਹ ਨਹੀਂ ਵੀ ਹੈਗਾ ਕੋਈ ਵੀ ਰਿਕਾਰਡ ਦਾ ਦੁੱਧ ਕੋਈ 11 ਕਿਲੋ ਰਹਿ ਜੇ, ਦੱਸਾਂਗੇ 13 ਦੇ ਨਿਕਲੂ 9 ਬਸ ਬਸ, ਕਿਉਂਕਿ ਬਾਕੀ ਜਿੰਨੀਆਂ ਵੀ ਵੀਰ ਨੇ ਅੱਗੇ ਵੀਡੀਓ ਪਾਈਆਂ ਜੋ ਵੀ ਮੱਝਾਂ ਗਈਆਂ ਆਪਾਂ ਉਹਨਾਂ ਦੇ ਨੰਬਰ ਵੀ ਦੇ ਸਕਦੇ ਆ, ਜੇ ਕਿਸੇ ਨੇ ਵੀ ਆਖਿਆ ਹੋਵੇ ਦੁੱਧ ਦਾ ਕੋਈ ਘੱਟ ਕੋਈ ਲਾਮਾ। ਹਾਂਜੀ ਹਾਂਜੀ, ਮੈਂ ਤੇ ਇਹ ਵੀ ਗੱਲ ਨਾ ਵੀ ਜੇ ਆਪਣੇ ਡੰਗਰ 'ਚ ਦੁੱਧ ਕੋਈ ਇਹ ਗੱਲ ਦੀ ਕਮੀ ਨਿਕਲੇ ਤੈਨੂੰ ਵੀਰ ਨੂੰ ਆਖੇ, ਹਾਂਜੀ ਹਾਂਜੀ, ਵੀ ਇਹਦਾ ਨੰਬਰ ਤਾਂ ਸਾਰਿਆਂ ਕੋਲੇ ਹੁੰਦਾ ਹੀ ਆ। ਬਸ ਜੀ ਬਸ,
ਤੇ ਬਾਕੀ ਇਹ ਹੁੰਦਾ ਵਾ ਜਦੋਂ ਨਵੇਂ ਥਾਂ ਤੇ ਡੰਗਰ ਜਾਂਦਾ ਸਫ਼ਰ ਦੇ ਵਿੱਚ ਜਾਂਦਾ ਏ, ਦੋ ਡੰਗ ਤੇ ਤਿੰਨ ਡੰਗਰ ਦੁੱਧ ਘੱਟਦਾ ਹੀ ਘੱਟਦਾ ਏ, ਆਪਣੀ ਗਰੰਟੀ ਆ ਆਪਣੇ ਘਰ ਦੀ। ਮੇਰੇ ਘਰ ਚੋ ਕੇ ਖੜੇ ਤਿੰਨ ਡੰਗ ਲੈ ਜੇ ਚਾਰ ਡੰਗ, ਜੇ ਕੋਈ ਅੱਠੀ ਦਿਨ ਹੀ ਜਾ ਕੇ ਆਖੇ ਮੇਰੀ ਮੱਝ ਦੁੱਧੋਂ ਘੱਟ ਗਈ ਆ, ਤੂੰ 13 ਆਖਿਆ, 10 ਗਾਂਹ ਦੀ ਨਹੀਂ ਮੇਰੀ ਗਰੰਟੀ, ਮੇਰੇ ਘਰ ਦੀ ਗਰੰਟੀ ਆ। ਠੀਕ ਆ। ਅੱਛਾ ਸਰਵਨ ਵੀਰ, ਕੀ ਕਰਦੇ ਆ, ਮੁੱਲ ਕਿੱਥੋਂ ਤੱਕ ਦੇ ਦੇਣੀ ਆ? ਵੇਖ ਲਓ ਭਾਈ ਜਿੰਨੇ ਦੀ ਕਹਿੰਦੇ ਦੇ ਦੇਈਏ। ਦੱਸ ਦਿਓ ਤੁਸੀਂ ਆਪਣੇ ਭੈਣ ਭਰਾ ਸੋਰੋਤੇ ਨੂੰ ਦੱਸੀਏ। 1-25 ਦੀ ਦੇ ਦੇਈਏ। 1-25 ਦੀ, ਹਾਂਜੀ, ਬਹੁਤ ਚੰਗੀ ਤੁਹਾਡੀ। ਦੁੱਧ ਵਾਲੇ ਨੇ ਹੋਰ ਵੱਧ ਜਾਣਾ। ਹਾਂਜੀ, ਬਾਕੀ ਆਪਣੇ ਘਰ ਤਸੱਲੀ, ਦੋ ਡੰਗ ਚੋ ਕੇ ਖੜੇ, ਤਿੰਨ ਡੰਗ ਚੋ ਕੇ ਖੜੇ। ਇਹ ਨਹੀਂ ਵੀ ਉੱਥੋਂ ਦੀ ਨਹੀਂ, ਅਗਲੇ ਦੀ ਨਹੀਂ ਗਰੰਟੀ, ਅਗਲਾ ਜਾ ਕੇ ਕੁਛ ਪਾਵੇ ਨਾ, ਇਹ ਦੁੱਧੋਂ ਘੱਟ ਜੇ। ਇੱਥੇ ਮੇਰੇ ਘਰ ਭਾਵੇਂ 2 ਦਿਨ ਕੋਈ ਰਵੇ, 2 ਦਿਨ ਚੋ ਕੇ ਲੈ ਜੇ, 3 ਦਿਨ ਚੋ ਕੇ ਲੈ ਜੇ। ਲਓ ਦੋਸਤੋ, ਇੱਥੇ ਤੁਸੀਂ 2 ਡੰਗ ਚੋ ਲਓ, 4 ਟਾਈਮ ਚੋ ਲਓ, 4 ਡੰਗ ਚੋ, ਜਿੱਦਾਂ ਮਰਜ਼ੀ ਤਸੱਲੀ ਕਰ ਲਓ, ਕਿਉਂਕਿ ਗਾਂ ਜਿਹੜੀ ਦੋਸਤੋ ਕੋਈ ਤਸੱਲੀ ਨਹੀਂ। ਗਾਂ ਅਗਲਾ ਕਹੀ ਜਾ ਕੇ ਹੁਣ ਪਲੇਟਾਂ ਨਾਲ ਵੰਡ ਪਾਉਂਦੇ ਆ, ਬੁੱਕਾਂ ਨਾਲ ਵੰਡ ਪਾਉਂਦੇ ਆ, ਉਹਨੇ ਫਿਰ ਕੀ ਦੇਣਾ ਦਾ, ਕਹਿ ਦਿੰਦੇ ਆ ਬੋਰੀ 2 ਦਿਨਾਂ 'ਚ ਮੁੱਕ ਗਈ, ਅਸੀਂ ਤਾਂ ਬੋਰੀ ਵੇਹਦੇ ਨਹੀਂ ਪਾਉਣ ਲੱਗੇ ਵੀ 1 ਵਾਰੀ ਮੁੱਕ ਗਈ ਜਾਂ 2 ਵਾਰੀ ਮੁੱਕ ਗਈ। ਨਹੀਂ, 10 ਕੁ ਦਿਨ ਕੱਢ ਜਾਂਦੇ ਆ, 2 ਦਿਨਾਂ ਦੀ ਤਾਂ ਗੱਲ ਨਹੀਂ ਗੀ। ਨਹੀਂ ਨਹੀਂ, ਸਾਡਾ ਨਹੀਂ ਨਿਕਲਦੇ ਭਾਈ, ਉਹਦਾ ਦਿਲ ਨੂੰ ਧੁੜਕੂ ਲੱਗਾ ਹੁੰਦਾ, ਕਿਤੇ ਬੋਰੀ ਨਾ ਖਤਮ ਹੋ ਜੇ, ਬੋਰੀ ਨਾ ਖਤਮ ਹੋਏ, ਅਸੀਂ ਬੋਰੀ ਥੋੜਾ ਵੇਖਣੀ ਹੁੰਦੀ ਆ। ਲੈ ਵੀ ਗੱਲ ਸੱਚੀ ਹੈ ਦੋਸਤੋ, ਸੋਹਣਾ ਵੰਡ ਵੱਟਾ ਪਾਊਗਾ ਕੋਈ ਵੀਰ, ਦੁੱਧ ਤੁਸੀਂ ਵੀ ਇਸੇ ਤਰ੍ਹਾਂ ਲੈ ਸਕਦੇ ਜੇ। ਹਾਂਜੀ, ਬਾਕੀ ਬੈਲੈਂਸ ਰੱਖਣਾ ਪੈਣਾ, ਉਹਨਾਂ ਫੀਡ ਦਾ ਜੇ ਦੁੱਧ ਦਾ ਬੈਲੈਂਸ ਜਦੋਂ ਭਾਈ ਆਪਣੇ ਕੋਲੇ ਮੱਝਾਂ ਹੁੰਦੀਆਂ ਨਾ 5-4, ਹਾਂਜੀ, ਤੇ 2 ਦਿਨ ਬੋਰੀ ਵੰਡਦੀ ਪਾ ਕੇ ਤੇ 3ਜੇ ਦਿਨ ਮੁੱਕ ਜਾਂਦੀ, ਫਿਰ 2 ਦਿਨ ਆਉਂਦੇ ਆਉਂਦਿਆਂ ਲੱਗ ਜਾਂਦੇ ਆ, ਕਹਿ ਦਿੰਦੇ ਡੰਗਰਾਂ 'ਚ ਕਮਾਈ ਨਹੀਂ ਹੈਗੀ, ਡੰਗਰਾਂ 'ਚ ਫਾਇਦਾ ਕੁਛ ਨਹੀਂ ਆ। ਜਿਹੜਾ ਵੰਡਿਆ ਲਿਮਿਟ ਦੇ ਨਾਲ ਡੰਗਰ ਦਾ ਟੁੱਟੇ ਨਾ, ਡੰਗਰ ਬਣਿਆ ਰਹਿੰਦਾ ਏ, ਜਿਵੇਂ ਮਗਰ ਹੋਣਾ ਕੱਟੀ ਆ, ਇਹਨੂੰ ਸੰਭੋ ਦੇ 2.5 ਸਾਲਾਂ ਦੀ ਇਹ ਮੈਂ ਤਿਆਰ ਹੋ ਜਾਂਦੀ ਆ, ਤੇ ਕਰਮਾਂ ਵਾਲੀਆਂ ਇਹ ਹੱਕ ਆਪਣਾ ਰੱਖਦੀਆਂ ਹੀ ਨਹੀਂ, ਤੇ ਇਹਨਾਂ ਦੀ ਕਮਾਈ ਤੇ ਜਿਹੜੀ ਹੈਗੀ ਆ 100 ਕਿੱਲੇ ਵਾਲੇ ਨੂੰ ਨਹੀਂ ਮਿਲ ਲੈਂਦੀ। ਬਸ ਜੀ ਬਸ, ਜਿਹਨਾਂ ਦੇ ਘਰ ਮਾਲ ਡੰਗਰ ਰੱਖੇ ਆ, ਜਾ ਕੇ ਵੇਖ ਲਓ ਉਹ ਕਰਜ਼ੇ ਤੋਂ ਰਹਿ ਤਿਆ, ਤੇ ਦੂਜਾ ਤਾਂ ਰੋਜ਼ ਬੰਦਾ ਅਰਥ ਤੇ ਤੁੜਿਆ ਰਹਿੰਦਾ ਵੀ ਚੱਲ ਅਸੀਂ ਜਾ ਕੇ ਮੰਡੀਓਂ ਫੜ ਕੇ ਲੈ ਲਈਏ। ਠੀਕ ਆ, ਅੱਗੇ ਆ ਗਈ ਆਪਣੇ ਕੋਲ ਜਿਹੜੀ 5ਵੇਂ ਨੰਬਰ ਤੇ ਆ ਮੱਝ। ਹਾਂਜੀ, ਇਹ ਵੀ ਦੂਜਾ ਸੂਆ, ਝੋਟੀ ਸੂਈ ਜੀ, ਦੂਜਾ ਸੂਆ। ਹਾਂਜੀ, ਇਹਦਾ ਬੱਚਾ ਕਿਹੜਾ ਜੀ? ਇਹਦਾ ਬੱਚਾ ਆ ਕੱਟੀ ਜੀ। ਠੀਕ ਆ, ਕਿੰਨੇ ਕੁ ਦਿਨ ਹੋ ਗਏ ਇਹਨੂੰ ਸੂਈ? ਇਹਨੂੰ ਹੋ ਹੀ ਗਿਆ 15 ਕੁ ਦਿਨ। ਲਓ ਜੀ, 15 ਕੁ ਦਿਨਾਂ ਦੀ ਸੂਈ ਆ। ਹਾਂਜੀ, ਤੇ ਦੂਜਾ ਸੂਆ ਤੇ, ਅੱਛਾ ਵੀਰ ਇਹਦੇ ਥੱਲੇ ਹੁਣ ਕੀ ਦੁੱਧ? ਇਹ ਤਾਂ 10 ਤੋਂ ਪਲੱਸ ਆ ਜੀ। 10 ਤੋਂ ਪਲੱਸ? ਹਾਂਜੀ। ਠੀਕ ਹੈ, ਚੋਣ ਚਾਣੇ ਵੀ ਚੰਗੀ ਆ? ਬਹੁਤ ਚੰਗੀ ਭਾਜੀ, ਜਿੰਨੇ ਖੜਨੀ ਆ, ਇਹ ਕਿਹੜੀ ਮੰਡੀ 'ਚ ਬੱਝੀ ਆ ਵੀ ਆਪ ਆਖਣਾ ਧਾਰਾ ਮਾਰੋ ਤੇ ਪੈਸੇ ਦਿਓ, ਆਪਣੀ ਤਸੱਲੀ ਕਰਕੇ ਖੜੀ। ਬਿਲਕੁਲ ਜੀ, ਜਦੋਂ ਆਪਾਂ ਕਹੀ ਜਾਂਦੇ ਵੀ 2 ਟਾਈਮ ਚੋ, 4 ਤਿੰਨ ਟਾਈਮ ਹੋਈ ਚੋਲੇ ਕੋਈ। ਲਓ ਜੀ, ਹਾਂਜੀ, ਆਪਾਂ ਨੂੰ ਕੋਈ ਤਰ੍ਹਾਂ ਤਸੱਲੀ ਤੁਸੀਂ ਕਰਨੀ ਆ, ਮਾਲ ਸਾਰਾ ਹੀ ਕਮਾਲ ਦਾ, 1 ਤੋਂ 1 ਵੱਧ ਕੇ ਪਸ਼ੂ ਆ। ਹਾਂਜੀ ਹਾਂਜੀ, 5ਵੇਂ ਨੰਬਰ ਤੇ ਆ ਝੋਟੀ ਤੁਹਾਨੂੰ ਦਿਖਾਉਣ ਡਿਆ, 15 ਦਿਨਾਂ ਦੀ ਸੂਈ ਆ, ਦੂਜਾ ਸੂਆ। ਹਾਂਜੀ, ਤੇ ਮਗਰ ਇਹਦੇ ਵੀ ਕੱਟੀ ਕੱਟੀ ਵੀ ਬਹੁਤ ਚੰਗੀ ਆ। ਠੀਕ ਹੈ ਜੀ, ਕਰਨਾ ਉਹ ਕੱਟਾ ਲਾਗੇ ਬਣਤਾ ਹੀ ਉਹਨੇ, ਮੈਂ ਇਹਨੇ ਚੰਗਾ ਦੇਣਾ ਇਹ। ਸੋ 10 ਕੁ ਕਿਲੋ ਦੁੱਧ ਹੁਣ ਮੌਕੇ ਤੇ ਆ ਜਿਹੜਾ ਜੀ, ਉਸ ਤਰ੍ਹਾਂ 12 ਲੀਟਰ ਆ ਤੇ 10 ਤੋਂ ਪਲੱਸ ਚੋ ਕੇ ਦੇਵਾਂਗੇ। ਠੰਡੀ ਧੀਰੀ ਹੈ ਵੀ ਬਹੁਤ ਜ਼ਿਆਦੀ ਹੈ। ਲਓ ਦੋਸਤੋ, ਬਾਕੀ ਅੱਜ ਵੀਰ ਸਰਵਣ ਵੀ ਗੱਲਾਂ ਨੂੰ ਬਿਲਕੁਲ ਆਉਂਦੇ, ਨਿਆਣ ਹੀ ਦੇਣ ਡਿਆ ਵਪਾਰੀ ਕਹਿ ਦਿੰਦੇ ਲੈ ਸਾਡੇ ਕੋਲ ਭਾਜੀ ਕੱਲ ਦੀ ਆਈ, ਸਾਡੇ ਪੱਠੇ ਹੀ ਮੁੱਕੇ ਆ, ਸਾਡਾ ਵੰਡ ਨੀ ਆਇਆ, ਇਦਾਂ ਲੋਕੀ ਕਹਿੰਦੇ ਆ। ਅਸੀਂ ਕਹਿੰਦੇ ਵੀ ਅਸੀਂ ਖੁੱਲਾ ਪਾਉਂਦੇ ਜੀ, ਅਗਲਾ ਪਾਵੇ ਦੇ ਚੋਵੇ ਬਸ ਬਸ। ਅਕਸਰ ਗੱਲ ਹੈ ਉਹ, ਮਤਲਬ ਚਵਾਉਣਾ ਪੈਣਾ ਇੱਥੇ, ਫਿਰ ਦੱਸਣਾ ਵੀ ਉਹ ਪੈਂਦਾ ਨਾ ਜੋ ਆਪਾਂ ਚਵਾ ਦੇਣਾ। ਹਾਂਜੀ। ਅੱਛਾ, ਤੇ ਸਰਵਣ ਭਾਈ ਕਿੱਥੋਂ ਤੱਕ ਦੇ ਦਾਂਗੇ ਆ ਮੱਝ? ਇਹ ਭਾਈ ਥੋੜੀ ਸੁਲੀ ਦੇ ਦੇਈਏ, ਫਿਰ ਲੋਕੀ ਕਹਿੰਦੇ ਨੇ ਸਾਰੀਆਂ ਦੇ 1 ਲੱਖ ਆ। ਅੱਛਾ ਜੀ। ਹਾਂਜੀ, ਲੈ ਦੱਸੋ ਫਿਰ। ਇਹ 1 ਲੱਖ 'ਚ 10,000 ਘੱਟ ਕਰ ਲਈਏ। ਅੱਛਾ, ਬਸ 10,000 ਹੀ? ਹਾਂਜੀ, 90 ਦੀ ਦੇ ਦੇ। 90,000 ਦੀ ਹੈ? ਹਾਂਜੀ, ਝੋਟੀ ਬਾਕੀ ਕੱਟੀ ਵੀ ਬੜੀ ਚੰਗੀ ਇਹਦੇ ਮਗਰ ਆ, ਮਗਰ ਕੱਟੀ ਆ। ਹਾਂਜੀ, ਠੀਕ ਹੈ।
ਤੇ ਕਿਉਂਕਿ ਕੋਈ ਥੋੜੇ ਪੈਸੇ ਲਾਉਣ ਵਾਲਾ ਵੀਰ ਵੀ ਹੈਗਾ, ਜੈਸੇ 90,000 ਰੁਪਈਆ ਵੀ ਪੂਰਾ ਕੋਈ ਥੋੜਾ ਨਹੀਂਗਾ, 90,000 ਵੀ ਰੁਪਈਆ ਪੂਰਾ। ਹਾਂਜੀ ਹਾਂਜੀ, ਤੇ ਭਾਈ ਮੱਝ ਵੀ ਬਹੁਤ ਚੰਗੀ ਆ, ਰਕਮ ਸਾਰੀ ਵੱਡੀ ਆ, ਬਾਕੀ ਮੱਝਾਂ ਵੀ ਚਲੋ ਚੰਗੀਆਂ ਦੁੱਧ ਦਾਦ ਵਾਲੇ ਪਾਸੋਂ ਖਰੀਆਂ ਨੇ। ਹਾਂਜੀ ਜੀ, ਇਹ ਨਹੀਂ ਕੋਈ ਆਪਾਂ ਗੰਦ ਖਰੀਦਦੇ ਨਹੀਂ ਗੇ, ਬਹੁਤ ਹੀ ਮਾੜੀ ਮੱਝ ਨਹੀਂ ਲਈ ਦੀ। ਹਾਂ ਬਿਲਕੁਲ ਜੀ ਬਿਲਕੁਲ, ਕਿਉਂਕਿ ਭਾਲ ਦਾ ਅੱਜ ਕੱਲ੍ਹ ਨਾ ਸਮੇਂ ਸਾਰੇ ਭੈਣ ਭਰਾਵਾਂ ਦੀ ਲੋੜ ਵੀ ਹੈ ਵੀ ਕੋਈ 10-12 ਲੀਟਰ ਚੰਗੀ ਮੱਝ ਲਈਏ। ਅਗਲਾ ਜੇ ਪੱਠੇ ਵੀ ਉਹ ਪਾਉਣੇ ਆ ਭਾਈ ਜੀ, ਮੱਝ ਕੋਈ ਵੀ ਨਹੀਂ ਮਾੜੀ ਹੁੰਦੀ, ਸਿਰਫ ਆਪਣੀ ਸਾਹ ਵੀ ਮਾੜੀ ਹੁੰਦੀ ਹੈ। ਹਾਂ ਜੇ ਆਪਾਂ ਸਾਂਭੀਏ, ਜੇ ਇਹਨੂੰ ਹੀ ਨਾ ਆਪਾਂ ਵੰਡ ਪਾਇਆ ਤੇ ਇਹਨੇ ਵੀ ਛਿਆਂ ਤੇ ਆ ਜਾਣਾ। ਇਸ ਤਰ੍ਹਾਂ ਹੀ ਹੈ ਕਿ ਤੇ ਜੇ ਇਹਨੂੰ ਹੋਰ ਕੋਈ ਜਾ ਕੇ ਸੇਵਾ ਵਾਲਾ ਟੱਕਰ ਗਿਆ ਤੇ 12 ਵੀ ਕਰ ਸਕਦੀ ਆ। ਠੀਕ ਹੈ ਵੀਰ। ਹਾਂਜੀ ਠੀਕ, ਅੱਗੇ ਆ ਗਈ ਆਪਣੇ ਕੋਲ 6ਵੇਂ ਨੰਬਰ ਤੇ ਆ। ਹਾਂਜੀ ਹਾਂਜੀ, ਇਹ ਵੀ ਭਾਜੀ ਰਾਤ ਦੀ ਸੂਈ ਆ, ਇਹ ਝੋਟੀ ਦੀ ਡਿਟੇਲ ਆ, ਸੂਆ ਦੂਜਾ ਕਿ ਦੂਜਾ? ਦੂਜਾ ਜੀ ਭਾਈ, ਦੂਜਾ ਪਿਓ। ਇਹ ਕੱਲ 5 ਵਜੇ ਦੀ ਤੜਕੇ ਦੀ ਸੂਈ ਜੀ। ਅੱਛਾ, ਕੱਦ ਕਾਠ ਵੀ ਚੰਗਾ ਚੁੱਕਾ, ਬੜੀ ਜ਼ਿਆਦੀ ਚੰਗੀ ਆਵੇ, ਕੱਟੀ ਵੀ ਮਗਰ ਬਹੁਤ ਸਿਰੇ ਦੀ ਇਹਦੀ। ਲਓ ਜੀ, ਮਗਰ ਕੱਟੀ ਵੀ ਚੰਗੀ ਸੋਹਣੀ ਬੇਲ ਬੱਟੀ। ਹਾਂਜੀ, ਵੱਡੀ ਝੋਟੀ ਹੈ, ਬਹੁਤ ਕੱਟੀ ਵੀ ਪੂਰੀ ਪਲੀ ਪੁਲੀ। ਹਾਂਜੀ ਠੀਕ ਆ, ਕੱਲ ਹੀ ਸੂਈ ਹੈ? ਹਾਂਜੀ, ਕੱਲ ਤੜਕੇ ਸੂਈ ਤੇ ਆਪਣੇ ਇੱਥੇ ਕਰੇ ਕਿ ਗਾਉਂ ਆਪਾਂ? ਨਹੀਂ ਜੀ, ਕੱਲ ਆਪਾਂ ਗੰਬਲ ਲਿਆਂਦੀ ਸੀ ਆਪਣੇ ਘਰ ਸੂਈ ਆ ਇੱਥੇ। ਠੀਕ ਆ ਜੀ। ਹਾਂਜੀ ਹਾਂਜੀ, ਤੇ ਬੋਲੇ ਦੇ ਉੱਤੇ ਅੱਜ ਦੂਜੀ ਡੰਗ ਦੀ ਚਵਾਈ ਹੋ ਗਈ ਮੋਰਨਿੰਗ। ਹਾਂਜੀ, ਚਵਾਈ ਹੋ ਗਈ ਭਾਈ, ਇਹ ਨਾਲ ਸਾਰੀ ਸਾਫ ਨਹੀਂ ਕੀਤੀ, ਕੱਟੀ ਬੱਜੀ ਸੀ ਗਾੜੀ, ਉਹ ਤਰ੍ਹਾਂ ਹੀ ਚੱਲ ਸਾਫ ਨਾ ਹੀ ਕਰਦੇ ਵੀ ਇੱਕ ਪਾਸੇ ਜਾਪਦੀ ਨਾ, ਜਿਵੇਂ ਮਤਲਬ ਸਾਈਡ ਆ। ਹਾਂਜੀ, ਇਹ ਇੱਧਰਲੇ ਦੋਵੇਂ ਥਾਂ ਨਾ ਕੱਟੀ ਨੇ ਨਿਚੋੜ ਹੀ ਕੱਤੇ ਸੀ ਇਹਦੇ, ਬਿਲਕੁਲ ਹੀ ਸਾਰੇ ਸਾਫ ਕਰਤੇ ਸੀ, ਤੇ ਫਿਰ ਦਿਨੇ ਮੈਂ ਇੱਧਰਲੇ ਦੋਵਾਂ ਥਣਾਂ ਦੇ ਵਿੱਚੋਂ 3 ਕੁ ਲੀਟਰ 3.5 ਲੀਟਰ ਦੁੱਧ ਚੋਲਿਆ। ਠੀਕ ਹੈ, ਉਸ ਤਰ੍ਹਾਂ ਬੜੀ ਥਾਂ ਲਿਵੇ ਦੀ, ਉਸ ਤਰ੍ਹਾਂ ਮਤਲਬ ਜਿਵੇਂ ਵਪਾਰੀ ਕਈ ਕਰਦੇ ਵਿੱਚ ਹੋਈ ਗਈ ਨਾ, ਅੱਜ ਵੀਡੀਓ ਬਣੀ ਆ ਉਹ ਤਰ੍ਹਾਂ ਤੇ ਡੱਕੀ ਹੁੰਦੀ ਤੇ ਫਿਰ ਇਹ ਤੇ ਬੜੀ ਜ਼ਿਆਦੀ ਬਣੀ। ਬਿਲਕੁਲ ਜੀ, ਬਾਕੀ ਸਾਡੀ 5 ਤੋਂ 5 ਹੀ ਚਵਾਈ ਆ, ਕੋਈ 5 ਤੋਂ 5 ਹੀ ਚੋ ਕੇ ਖੜੀ। ਦੋਸਤੋ, ਬਾਕੀ ਇੱਕ ਗੱਲ ਮੈਂ ਜ਼ਰੂਰ ਜ਼ਿਕਰ ਕਰਦੇ ਆ ਵੀ ਫੁੱਲ ਵੱਡੀ ਹਾਈਟ ਆ, ਕੱਦ ਕਾਠ ਵਾਲੇ ਪਾਸਿਓਂ ਕੋਈ ਢਿੱਲ ਨਹੀਂਗੀ। ਹਾਂਜੀ, ਬਾਕੀ ਦੁੱਧ ਵੀ ਚਵਾਈ ਵੀ ਬਹੁਤ ਜ਼ਿਆਦੀ ਚੰਗੀ ਲੱਗੀ ਹੈ, ਬਾਕੀ ਸੋਹਣਾ ਲੇਵਾ ਕਰਮਾਲੀ ਦੇ ਥੱਲੇ। ਹਾਂਜੀ ਹਾਂਜੀ, ਤੇ ਹੁਣ ਬੌਲੇ ਤੇ ਆ, ਬੌਲੇ ਤੇ ਕੋਈ ਵੀ ਆਪਦੀ ਤਸੱਲੀ ਬੌਲੇ ਦੇ ਸਾਹਮਣੇ ਤੀਜਾ ਡੰਗ ਆ ਲੇ ਦੇ ਥੱਲੇ, ਮੈਂ ਕੋਈ ਕਹਿ ਨਹੀਂ ਸਕਦਾ ਜਾਂ 15 ਲੀਟਰ ਆ ਜਾਂ 12 ਆ ਜਾਂ ਦੁੱਧ ਤੇ ਜਿੰਨੇ ਚੋਣਾਂ ਤੇ ਹਲੇ 8-7 ਦਿਨਾਂ ਨੂੰ ਦੁੱਧ ਪੀਣੇ। ਦੇਖੋ ਜੀ, ਇਹ ਤਾਂ ਵੀਰ ਬੌਲਾ 8 ਵੀ ਹੋ ਸਕਦਾ, 7 ਵੀ ਹੋ ਸਕਦਾ। ਹਾਂਜੀ, ਜਿੰਨੇ ਬੌਲਾ ਜ਼ਿਆਦਾ ਹੀ 8-7 ਤੋਂ ਜ਼ਿਆਦਾ ਹੀ ਚੋਇਆ ਏ। ਠੀਕ ਹੈ ਜੀ। ਹਾਂਜੀ, ਆਵੇ ਕੱਟੀ ਵੀ ਬੜੀ ਜ਼ਿਆਦਾ ਚੰਗੀ, ਕੱਟੀ ਵੀ ਪੂਰੀ ਡਬਲ। ਹਾਂ ਲਓ ਜੀ, ਗਿੱਲੇ ਨਾੜੂ ਤੇ ਬੱਚਾ। ਹਾਂਜੀ, ਕੱਲ ਹੀ ਸੂਈ ਆ ਭਾਜੀ ਹਲੇ। ਲਓ ਜੀ। ਹਾਂਜੀ ਹਾਂਜੀ, ਠੀਕ ਆ, ਖੋਲਦ ਕੇ ਆ ਲਓ। ਹਜੇ ਮੈਨੂੰ ਤਾਂ ਚੰਗੀ ਤਰ੍ਹਾਂ ਖਲੋਣਾ ਵੀ ਨਹੀਂ ਆਉਂਦਾ ਕੱਟੀ। ਹਾਂਜੀ, ਕੱਲ ਤੜਕੇ ਤੇ ਸੂਈ ਆਲੇ। ਜਾਓ ਜੀ, ਕੱਢ ਲਈਏ ਬਾਹਰ। ਸੋ ਕਾਫੀ ਸੋਹਣੀਆਂ ਦੋਸਤੋ, ਪੂਰੀਆਂ ਵੱਡੀਆਂ ਮੱਝਾਂ ਝੋਟੀਆਂ ਦੇ ਵਿੱਚ ਆਪਾਂ ਇਹਨੂੰ ਗਿਣ ਸਕਦੇ ਹਾਂ ਵੀ ਫੁੱਲ ਵੱਡੀ ਹਾਈਟ ਕੱਦ ਦੀ ਆ। ਅਤੇ ਬਾਕੀ ਆਰਡਰ ਜਿੰਨਾ ਕੁ ਗਾਹ ਨੂੰ ਉੰਨਾ ਕੁ ਪਛਾਣ ਨੂੰ ਆ, ਲੇਵਾ ਤੁਸੀਂ ਵੇਖੋ ਜਿੰਨਾ ਕੁ ਧੱਕ ਦੋਸਤੋ ਅੱਗੇ ਆ, ਉੰਨੀ ਕੁ ਬੈਕ ਸਾਈਡ ਨੂੰ ਆ। ਬਾਕੀ ਸਮਾਂ ਜਿਵੇਂ ਜਿਵੇਂ ਹੁਣ ਸ਼ਾਮ ਨੂੰ ਚਵਾਈ ਦਾ ਸਮਾਂ ਹੋਈ ਜਾਂਦਾ, ਹਾਂਜੀ ਹਾਂਜੀ, ਉਵੇਂ ਉਵੇਂ ਕਰਮ ਵਾਲੀ ਭਰੀ ਅੱਜ ਅੱਜ ਹੀ ਸਾਫ਼ ਹੋ ਗਈ ਆ, ਮਤਲਬ ਸਾਰੀ ਜਿਵੇਂ ਚੋਈ ਗਈ ਆ ਤਕਰੀਬਨ ਦੇ ਨੇ। ਠੀਕ ਆ ਜੀ। ਸੋ ਬਾਕੀ ਦੋਸਤੋ, ਇੱਥੇ ਆਉਣ ਦਾ ਮਕਸਦ ਇਹੋ ਹੁੰਦਾ ਵੀ ਕੋਈ ਪਸ਼ੂ 5-7-8 ਨਗ ਹੁੰਦੇ ਆ, ਇੱਕ ਨਾ ਪਸੰਦ ਆਊਗਾ ਕਿਸੇ ਵੀਰ ਦੇ, ਦੂਜਾ ਪਸੰਦ ਆਊਗਾ, ਬਾਕੀ ਥੋੜ੍ਹੀ ਬਾਤੀ ਰੇਂਜ ਕੋਈ 5-7 ਹਜ਼ਾਰ ਵੱਧ ਆ, ਕੋਈ ਘੱਟ ਆ, ਰੇਟ ਇੱਕੋ ਜਿਹੇ ਆ। ਦੁੱਧ ਵਾਲੇ ਪੱਖ ਤੋਂ ਵੀ ਮੱਝਾਂ ਇੱਕੋ ਜਿਹੀਆਂ ਨੇ, ਕੋਈ 10-12-13-13 ਕਿਲੋ 12-13-13 ਸਿਰੀਆਂ ਜਿਹੜੀਆਂ ਮੱਝਾਂ ਜਿਹੜੀਆਂ ਵੀਰ ਦੇ ਕੋਲ ਅੱਜ ਮੌਜੂਦ ਆ। ਉਹ ਨਾ ਭਾਜੀ ਗੱਲ ਇਸ ਤਰ੍ਹਾਂ, ਜਿਹੜੀ ਅੱਗੇ ਮੱਝ ਆਪਣੇ ਕੋਲ ਬੱਚੇ ਮਰੇ ਵਾਲੀ ਨਹੀਂ, ਉਹ ਭਾਜੀ ਕਿਸੇ ਨੇ ਇੱਧਰ ਰੋਪੜ ਦੇ ਲਾਗੇ ਮੰਗਾ ਲਈ, ਤੇ ਆਪਾਂ ਨੂੰ ਪਤਾ ਵੀ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ। ਗੱਡੀ ਵਾਲੇ ਨੂੰ ਮੈਂ ਪੱਕੀ ਕੀਤੀ ਵੀ ਭਰਾਵਾ ਪੈਸੇ ਲੈ ਕੇ ਮੱਝ ਗੱਡੀ 'ਚ ਲਾਉਣੀ ਹੂੰ, ਮੁੜ ਕੇ ਅਗਲਾ ਮੱਝ ਲੈ ਕੇ ਗਲੀਏ ਪੈ ਜੇ ਤੈਨੂੰ ਲੱਭੇ ਨਾ, ਤੇ ਮੁੜ ਕੇ ਤੂੰ ਕਿਹਨੂੰ ਲੱਭਦਾ ਫਿਰੇਗਾ। ਬਿਲਕੁਲ ਜੀ। ਤੇ ਪਰ ਉਹ ਇਸ ਤਰ੍ਹਾਂ ਵੀ ਉਹ ਜਿਹੜੇ ਵੀਰ ਨੇ ਲਈ ਉਹ ਬਹੁਤ ਚੰਗਾ ਇਨਸਾਨ ਸੀਗਾ, ਤੇ ਹਾਲੇ ਵੀ ਉਹਨੂੰ ਮੈਨੂੰ ਉਹਦੇ ਫੋਨ ਆਉਂਦੇ ਆ, ਤੇ ਜਦੋਂ ਇਸ ਤਰ੍ਹਾਂ ਮੁੜ ਕੇ ਕਰੀਦਾ ਤੇ ਅਗਲੇ ਨੂੰ ਆਪ ਫਿਰ ਝੂਠੇ ਜੇ ਪਈਦਾ ਵੀ ਮੇਰੇ ਤੇ ਇਹਨੇ ਭਰੋਸਾ ਨਹੀਂ ਕੀਤਾ। ਬਿਲਕੁਲ, ਬਾਕੀ ਸਾਰੀ ਦੁਨੀਆ ਇੱਕੋ ਜਿਹੀ ਨਹੀਂ, ਮੈਂ ਇਸੇ ਕਰਕੇ ਕਹਿੰਦਾ ਵੀ ਆਪਣੀ ਗੱਡੀ ਲੈ ਕੇ ਆਵੇ। ਸਹੀ ਹੈ ਜੀ, ਤੇ ਚੋ ਕੇ ਮੇਰੇ ਘਰੋਂ ਲੈ ਕੇ ਜਾਵੇ। ਬਿਲਕੁਲ ਜੀ, ਇਹ ਨਹੀਂ ਮੈਂ ਤਾਂ ਵੀ ਅਗਲਾ ਦਾ ਚੱਲ ਮੈਂ ਤੈਨੂੰ ਪੈਸੇ ਦੇ ਦੇਣਾ ਮੱਝ ਲੱਦ ਕੇ ਲੈ ਆ, ਇਹ ਕੰਮ ਨਹੀਂ ਹੁਣ ਕਰਨਾ, ਆਵੇ ਮੇਰੇ ਕੋਲੇ ਆਵੇ
ਤੇ ਚੋਕੇ ਮੱਝ ਮੇਰੇ ਘਰੋਂ ਲੱਦ ਕੇ ਖੜੇ। ਤੁਸੀਂ ਨੀ ਬਾਈ ਜੀ, ਮੈਂ ਤਾਂ ਸਾਰਿਆਂ ਨੂੰ ਕਹਿੰਦਾ ਕੋਈ ਨਾ ਇਸ ਤਰ੍ਹਾਂ ਕਰੇ। ਹਾਂਜੀ ਹਾਂਜੀ ਆਪਾਂ ਇਹ ਨਾ ਤਾਂ ਸਾਰੇ ਲੋਕ ਮਾੜੇ ਤੇ ਨਾ ਹੀ ਸਾਰੇ ਵਪਾਰੀ ਮਾੜੇ। ਸਾਰੇ ਚੰਗੇ ਹੋਣ, ਸਾਰੇ ਹੁਣ ਉਹ ਭਾਈ ਵੀਰ ਬਹੁਤ ਚੰਗਾ, ਹੁਣ ਵੀ ਮੈਨੂੰ ਫੋਨ ਕਰਦਾ ਵੀ ਆਓ ਮੱਝ, ਹੋ ਸਕਦਾ ਨੀਲੀ ਦੀ ਮੈਂ ਭੇਜ ਹੀ ਨਵਾਂ ਉਹਦੇ ਕੋਲ। ਜ਼ਰੂਰ ਜੀ ਜ਼ਰੂਰ, ਜਿੱਥੇ ਵਿਸ਼ਵਾਸ ਬਣਿਆ ਜ਼ਰੂਰ। ਬਾਕੀ ਆਪਦੇ ਹੁਣ ਜਦੋਂ ਅਗਲੇ ਨੂੰ ਆਖੀ ਦਾ ਗੱਡੀ ਵਾਲੇ ਨੂੰ ਪੈਸੇ ਲੈ ਕੇ ਮੱਝ ਲਾਉਣੀ, ਅਗਲਾ ਜਦੋਂ ਬੰਦਾ ਚੰਗਾ ਹੁੰਦਾ ਤੇ ਫਿਰ ਆਪਣੇ ਆਪ 'ਚ ਮਹਿਸੂਸ ਕਰੀਦਾ ਵੀ ਮਾੜੀ ਕੀਤੀ ਆ, ਤੇ ਪਰ ਸਾਰੇ ਬੰਦੇ ਇੱਕੋ ਜਿਹੇ ਨਹੀਂ ਜੀ। ਵੇਖੋ ਜੀ, ਹਾਂਜੀ ਇਹ ਤਾਂ ਪਤਾ ਹੀ ਆ। ਤੇ ਵੀਰ ਸਰਵਣ ਬੋਲ ਗਿਆ, ਰੇਟ ਕੀ ਕਰਦੇ ਆ, ਕਿੱਥੋਂ ਕੁ ਤੱਕ ਦੇ ਦੇਣੀ ਆ? ਰੇਟ ਵੀਰ ਜਿੰਨਾ ਮਰਜ਼ੀ ਕਰੀ ਜਾਈਏ 1.40 ਦੀ ਦੇ ਦਾਂਗੇ। 1.40 ਦੀ, ਹਾਂਜੀ। ਬਾਕੀ ਚਲੋ ਮੈਂ ਕੋਈ ਤਸੱਲੀ ਨਹੀਂ ਦਿੰਦਾ, ਅੱਜ ਨਹੀਂ ਮੈਂ ਕਹਿ ਸਕਦਾ ਵੀ 15-16 ਲੀਟਰ ਦੁੱਧ ਆ, ਜਿਸ ਤਰ੍ਹਾਂ ਦੀ ਇਹਦੀ ਚਵਾਈ 'ਚ ਵੀ ਜਗਾੜ, ਇਹਨੂੰ 16-17 ਲੀਟਰ ਇਹਨੂੰ ਕੱਢਣਾ ਚਾਹੀਦਾ ਮੱਝ, ਕਿਉਂ ਮੈਂ ਗਰੰਟੀ ਨਹੀਂ ਕੋਈ ਦਿੰਦਾ। ਅਗਲਾ ਆਖੇ ਵੇਲੇ ਤੂੰ 16-17 ਲੀਟਰ ਆਖਿਆ, ਹਾਲੇ ਤੀਜੇ ਡੰਗ ਦੀ ਸੂਈ। ਬਿਲਕੁਲ ਜੀ ਬਿਲਕੁਲ, ਹਾਂਜੀ ਕਰਜ਼ੇ ਦੇ ਕਰਮਾਂ ਵਾਲੀ ਹੈ, ਜ਼ਿਆਦਾ ਵੀ ਕਰਜ਼ੇ ਨਾ ਕਰੇ ਤੇ ਭਾਵੇਂ ਘੱਟ ਵੀ ਕਰ। ਸਮਝ ਕੋਈ ਵੀਰ ਵੇਖੇ, ਹਾਂਜੀ ਜਿੱਦਾਂ ਕੱਦ ਕਾਠਾ ਕਰਮਾਂ ਵਾਲੀ ਦਾ, ਹਾਲੇ ਦੇ ਅਸੀਂ ਥਣ ਵਿਖਾ ਸਕਦੇ ਹਾਂ, ਚਵਾਈ ਵਿਖਾ ਸਕਦੇ ਹਾਂ, ਬਾਕੀ ਜੇਰ ਜਾਰ ਪਾਤੀ ਕੋਈ ਪਿੱਛੇ ਦੀ ਗਰੰਟੀ ਆ, ਕਿਤੇ ਮਾਸਾ ਜਿੰਨਾ ਭਾਰ ਨਹੀਂ ਪਾਉਂਦੀ। ਠੀਕ ਆ ਜੀ, ਠੀਕ, ਹਾਂਜੀ ਜੋ ਵਿਚਾਰੂ ਆ ਪੱਠੇ ਸੂ ਕੇ ਪੂਰੇ ਖਾਂਦੀ ਆ। ਠੀਕ ਆ, ਹਾਂਜੀ। ਅਗਲਾ ਪਸ਼ੂ ਵੀਰ ਸਰਵਣ ਹੈਗੀ ਮੱਝ ਆਪਣੇ ਕੋਲ ਅਗਲੀ? ਨਹੀਂ ਜੀ ਇਹੋ 6 ਹੀ ਮੱਝਾਂ ਨਗ ਸੀਗੇ। ਹਾਂਜੀ 6 ਨਗ। ਲਓ ਦੋਸਤੋ 6 ਨਗ ਨੇ ਟੋਟਲ, ਕੱਲੇ ਕੱਲੇ ਪਸ਼ੂ ਦੀ ਡਿਟੇਲ ਤੁਹਾਨੂੰ ਵਿਸਤਾਰ ਦੇ ਨਾਲ ਮਿਲ ਗਈ ਆ। ਹਾਂਜੀ ਹਾਂਜੀ, ਤੇ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਇਆ ਉਹਦੀ ਦੋ ਟਾਈਮ ਚੋ ਕੇ ਖੜੋ, ਨਰਕ ਪਰਖਾ ਤਸੱਲੀ ਉਹ ਘਰ ਆਣ ਕੇ ਕਰ ਲਿਓ। ਜਿੱਦਾਂ ਵੀਰ ਸਰਵਣ ਸਿੰਘ ਨੇ ਕਹਿ ਦਿੱਤਾ ਵੀ 2 ਡੰਗ ਨਹੀਂ, 3 ਡੰਗ ਨਹੀਂ, 4 ਡੰਗ, ਜਿੱਦਾਂ ਵੀ ਕਿਸੇ ਵੀਰ ਦੀ ਤਸੱਲੀ ਹੁੰਦੀ ਉਦਾਂ ਹੀ ਕਰੇ। ਹਾਂ ਠੀਕ ਆ, ਤੇ ਚੋਣ ਨਹੀਂ ਕੋਈ ਪਸ਼ੂ ਮਾੜਾ ਹੈਗਾ, ਬਾਕੀ ਤਸੱਲੀ ਆਪਦੀ ਜ਼ਰੂਰ ਕਰਿਆ ਕਰੋ। ਸੋ ਇਹ ਪਸ਼ੂ ਸੀ ਅੱਜ ਟੋਟਲ 6, ਜਿਨ੍ਹਾਂ ਦੇ ਵਿੱਚੋਂ ਕੋਈ 3 ਨਾਗ ਆਪਾਂ ਤੁਹਾਨੂੰ ਨੀਲੀ ਅਤੇ ਨੀਲੀ ਰਾਵੀ ਦੀਆਂ ਝੋਟੀਆਂ ਦਿਖਾਈਆਂ ਨੇ, ਕੁਝ ਕੁ ਜਿਹੜੀਆਂ ਇਹ ਮੋਹਰਾਂ ਦੇ ਵਿੱਚ ਆ ਜਾਂਦੀਆਂ ਨੇ ਵੱਡੇ ਕੱਦ ਕਾਠ ਦੇ ਵਿੱਚ, ਅਤੇ ਕੁਝ ਕੁ ਕਰੋਸ ਅੰਗ ਦੇ ਵਿੱਚ ਜਿਹੜੀਆਂ ਬੈੜ ਆਪਣੇ ਕੋਲ ਜਿਹੜੀਆਂ ਮੱਝਾਂ ਝੋਟੀਆਂ ਵੀਰ ਕੋਲ ਹੈਗੀਆਂ ਨੇ। ਸੋ ਇਹ ਵੀ ਤੁਹਾਨੂੰ ਮਿਲ ਜਾਣਗੀਆਂ, ਬਾਕੀ ਰੇਟ ਭਾਅ ਪੜਤਾ ਜੋ ਤੁਹਾਨੂੰ ਦੱਸ ਦਿੱਤਾ, ਜੋ ਵੀ ਇਹੋ ਜਿਹਾ ਮਾਲ ਉਹੋ ਜਿਹਾ ਮੁੱਲ ਹੋਣਾ ਹੈ। ਨੰਬਰ ਬੋਲ ਦਿਓ ਜੀ ਆਪਣੇ। ਹਾਂਜੀ 97811-7116। ਠੀਕ ਹੈ ਜੀ, 97811-7116। ਹੋਰ ਕੋਈ ਗੱਲਬਾਤ ਸੁਣਾ ਦਿਓ ਫਿਰ। ਗੱਲਬਾਤ ਭਾਈ ਇਹੋ ਹੀ ਆ ਵੀ ਅਸੀਂ ਆਉਂਦੇ ਹਾਂ ਵੀ ਜਿੰਨੇ ਵੀਰ ਨੇ ਮਾਲ ਰੱਖਣਾ ਹੈ, ਜਿੰਨੇ 10 ਰੱਖਣੀਆਂ ਉਹ 5 ਰੱਖੇ, ਇਹਨਾਂ ਕਰਮ ਵਾਲੀਆਂ ਨੂੰ ਸਾਂਭੇ ਪੂਰਾ। ਇਹ ਨਹੀਂ ਵੀ ਅਗਲਾ ਆਖਦੇ ਮੈਂ 10 ਮਈ ਬੱਝਣਾ ਹੈ ਤੇ ਦੁੱਧ ਮੇਰਾ ਡੇਅਰੀ ਤੇ 25 ਕਿਲੋ ਜਾਣ ਡਿਆ, 30 ਕਿਲੋ ਜਾਣ ਡਿਆ ਹੈ। ਜੇ ਇਹਨਾਂ ਨੂੰ ਕਰਮ ਵਾਲੀਆਂ ਸਾਂਭ ਕੇ ਜਿਹਨੇ 10 ਰੱਖੇ ਨੇ, 5 ਵੀ ਰੱਖੇ ਰਹੇ, 5 ਦਾ ਵੀ ਦੁੱਧ 10 ਨਾਲੋਂ ਜ਼ਿਆਦਾ ਹੋ ਜਾਂਦਾ, ਇਹਨਾਂ ਦੀ ਸੇਵਾ ਕਰੇ ਜਿਹੜਾ ਵੀ ਖੜਦਾ ਹੈ, ਇਹ ਹੱਕ ਨਹੀਂ ਜੀ ਆਪਣਾ ਰੱਖਦੇ ਹਾਂ। ਬਸ ਜੀ ਬਸ, ਹਾਂਜੀ ਇਹ ਬਹੁਤ ਕਰਮ ਵਾਲੀ, ਇਹ ਤੇ ਦੋਵੇਂ ਟਾਇਰ ਵੀ ਚੀਜ਼ ਜਿਹੜੀ ਹੈ ਦੋਵੇਂ ਸੂਰਜੋ ਸੂਰਜੀ ਪੈਸੇ ਦਿੰਦੀਆਂ। ਬਿਲਕੁਲ ਜੀ ਬਿਲਕੁਲ, ਹਾਂਜੀ। ਲਓ ਦੋਸਤੋ ਇਹ ਸਨ ਗੱਲਾਂ ਤੇ ਬਾਤਾਂ, ਫਿਲਹਾਲ ਵਿਜਿਟ ਤੁਸੀਂ ਕਰਨੀ ਆ ਪਿੰਡ ਭਲਵਾਨ ਕੇ, ਠੀਕ ਹੈ, ਨਾਲ ਲੱਗਦਾ ਪਿੰਡ ਦਰਾਜ ਕੇ ਆ, ਚੇਲੇ ਪਿੰਡ ਦੀ ਬਿਲਕੁਲ ਦੂਰੀ ਥੋੜ੍ਹੀ ਹੈਗੀ ਹੈ, ਨਾਲ ਨਾਲ ਲੱਗਦੇ ਪਿੰਡ ਨੇ, ਭਿੱਖੀ ਪਿੰਡ ਤੋਂ ਕੋਈ 4 ਕਿਲੋਮੀਟਰ ਦੀ ਦੂਰੀ ਆ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।